ਟੀਮਾਂ ਨੂੰ ਬੇਨਤੀ ਆਇਆ ਵੀਰ ਜੀ ਆਓ ਜਲਦੀ ਖੇਡ ਮੈਦਾਨ ਦੇ ਵਿੱਚ ਟੀਮਾਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ ਇਹ ਬੇਨਤੀ ਹੈ ਟੀਮਾਂ ਨੂੰ ਕਿਉਂਕਿ ਸਮਾਂ ਬਹੁਤ ਹੋ ਗਿਆ ਲਗਭਗ 12 ਵਜੇ ਦਾ ਸਮਾਂ ਸੀ ਸਾਰੀਆਂ ਕਲੱਬਾਂ ਨੂੰ ਦਿੱਤਾ ਗਿਆ ਹੈ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਹਾਂਜੀ ਜਥੇਦਾਰ ਤਾਰ ਸਿੰਘ ਜਗਤਾਰ ਸਿੰਘ ਸਾਨਫ ਬਖਤਾਵਰ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹ ਪਰਮਜੀਤ ਸਿੰਘ ਸਾਨੂੰ ਗੁਰਮੇਲ ਸਿੰਘ ਜੀ ਦਾ ਸਨਮਾਨ ਚਿੰਨ ਵੀ ਆ ਕੇ ਪ੍ਰਾਪਤ ਕਰਨ ਲਓ ਜੀ 5 ਮਿੰਟ ਦਾ ਸਮਾਂ ਦਿੱਤਾ ਗਿਆ ਪ੍ਰਬੰਧਕਾਂ ਵੱਲੋਂ ਉਸ ਤੋਂ ਬਾਅਦ ਫਿਰ ਜੁਰਮਾਨਾ ਹੈਲੋ ਜੋ ਕਲੱਬਾਂ ਦਾ 1 ਮਿੰਟ ਪ੍ਰਧਾਨ ਸਾਹਿਬ ਜੋ ਕਲੱਬਾਂ ਦਾ ਫਿਰ ਸ਼ਿੰਦੇ ਵੀਰ ਜੁਰਮਾਨਾ ਇਹ ਨੋਟ ਕਰ ਲਓ 5 ਮਿੰਟ ਦਾ ਟਾਈਮ ਹੈ ਹਰ 1 ਮਿੰਟ ਦਾ ਫਿਰ 1000 ਰੁਪਈਆ ਇਹਨਾਂ ਦੇ ਪਾਰਟਿਸਪੇਟ ਦੇ ਵਿੱਚੋਂ ਕੱਟਿਆ ਜਾਣਾ ਹੈ ਇਹ ਪ੍ਰਬੰਧਕਾਂ ਵੱਲੋਂ ਪ੍ਰਧਾਨ ਸਾਹਿਬ ਹੋ ਗਿਆ ਬਿਨੇ ਤਾਂ ਫਿਰ ਜੁਰਮਾਨਾ ਲੱਗਣਾ ਟੀਮਾਂ ਆ ਜਾਣ ਜਲਦੀ ਖੇਡ ਮੈਦਾਨ 'ਚ ਹੈਲੋ ਆ ਜਿਹੜਾ ਵਾਲੀਬਾਲ ਦਾ ਮੈਚ ਚੱਲ ਰਿਹਾ ਸੀ ਬੇਈ ਭੋਈ ਤਰਨ ਤਾਰਨ ਔਰ ਸ਼ੰਕਰਾ ਹਰਿਆਣਾ ਇਹਨਾਂ ਦੇ ਵਿੱਚੋਂ ਦੋਨੇ ਟੀਮਾਂ 1-1 ਸੈੱਟ ਜਿੱਤ ਗਈਆਂ ਨੇ ਬਹੁਤ ਹੀ ਦੇਖਣ ਸਾਰ ਮੈਚ ਹਨ ਹੈਲੋ ਫਸਵਾਂ ਮੈਚ ਚੱਲ ਰਿਹਾ ਹੈਲੋ ਜੀ ਮੈਂ ਬੇਨਤੀ ਕਰੂੰਗਾ ਹਰਪਾਲ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸਟੇਜ 'ਤੇ ਸਜਣ ਜੀ ਥੱਲੇ ਨਾ ਖਾਣੇ ਤੇ ਸਟੇਜ 'ਤੇ ਆ ਕੇ ਸਜਣ ਹਰਪਾਲ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਕਲੱਬਾਂ ਨੂੰ ਬੇਨਤੀ ਆ ਵੀ ਹੁਣ 5 ਮਿੰਟ ਦਾ ਸਮਾਂ ਨੋਟ ਕੀਤਾ ਗਿਆ ਹੈ ਉਸ ਤੋਂ ਬਾਅਦ ਫਿਰ ਨਹੀਂ ਤਾਂ ਜੋ ਜੁਰਮਾਨਾ ਜੋ ਰੂਲ ਹੈ ਵੀ 1 ਮਿੰਟ ਦਾ 1000 ਰੁਪਈਆ ਪਾਰਟੀਸਪੇਟ ਦੇ ਵਿੱਚੋਂ ਕੱਟਿਆ ਜਾਣਾ ਇਹ ਪ੍ਰਬੰਧਕਾਂ ਨੇ ਹੁਕਮ ਦਿੱਤਾ ਵੀ ਟੀਮਾਂ ਬੁਲਾ ਲਾ ਨਹੀਂ ਤਾਂ ਫਿਰ ਜੁਰਮਾਨਾ ਹੋਵੇਗਾ 5 ਮਿੰਟ ਦਾ ਸਮਾਂ ਟੀਮਾਂ ਨੂੰ ਕਬੱਡੀ ਦੀਆਂ ਟੀਮਾਂ ਨੂੰ 5 ਮਿੰਟ ਦਾ ਟਾਈਮ ਹੈ ਟੀਮਾਂ ਆ ਜਾਣ ਜਲਦੀ ਖੇਡ ਮੈਦਾਨ ਵਿੱਚ ਨਹੀਂ ਤਾਂ ਫਿਰ ਜੋ ਜੁਰਮਾਨਾ ਉਹ 1 ਮਿੰਟ ਦਾ 1000 ਰੁਪਈਆ ਪਾਰਟੀਸਪੇਟ ਦੇ ਵਿੱਚੋਂ ਕੱਟਿਆ ਜਾਵੇਗਾ ਅਸੀਂ ਜਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗਰਾਊਂਡ ਖਾਲੀ ਪਈ ਆ ਦਰਸ਼ਕ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਛੇਤੋ ਛੇਤੀ ਗਰਾਊਂਡ ਦੇ ਵਿੱਚ ਪਹੁੰਚਣ ਅਮਨ ਬਖਸ਼ੀਸ਼ ਪੱਤਰ ਉਹਨਾਂ ਦੇ ਕੋਚ ਸਾਹਿਬਾਨ ਟੀਮਾਂ ਦੇ ਵੀਰ ਜੀ ਆਓ ਜਲਦੀ ਭੇਜੋ ਟੀਮਾਂ ਨੂੰ ਖੇਡ ਮੈਦਾਨ 'ਚ ਨਹੀਂ ਤਾਂ ਫਿਰ ਜੋ ਜੁਰਮਾਨਾ ਆ ਉਹ ਪ੍ਰਧਾਨ ਸਾਹਿਬ ਆਖਦੇ ਵੀ 1 ਮਿੰਟ ਦਾ 1000 ਰੁਪਈਆ ਇਹਨਾਂ ਦੇ ਪਾਰਟੀਸਪੇਟ ਵਿੱਚੋਂ ਕੱਟਿਆ ਜਾਣਾ ਫਿਰ ਉਹ ਜੁਰਮਾਨਾ ਸ਼ੁਰੂ ਹੋਣ ਜਾ ਰਿਹਾ ਟੀਮਾਂ ਨੂੰ ਜਲਦੀ ਲੈ ਕੇ ਆਓ ਖੇਡ ਮੈਦਾਨ ਦੇ ਵਿੱਚ ਗੁਰੂ ਹਰਰਾਜ ਸਾਹਿਬ ਕਬੱਡੀ ਕਲੱਬ ਦੁੱਗਾ ਅਤੇ ਬਾਬਾ ਫਗੂੜਾ ਸਾਹਿਬ ਕਬੱਡੀ ਕਲੱਬ ਪੱਤਰ ਕਲਾਂ ਜਲਦੀ ਆ ਜਾਣ ਟੀਮਾਂ ਖੇਡ ਮੈਦਾਨ ਦੇ ਵਿੱਚ ਫਿਰ ਦੁਬਾਰਾ ਬੇਨਤੀ ਆ ਟੀਮਾਂ ਨੂੰ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਹੈਲੋ ਜੋ 2 ਵਜੇ ਕੁੱਕੜ ਛੱਡਿਆ ਜਾਣਾ ਆ ਉਹਨਾਂ ਲਈ ਸਾਡੇ ਕੋਲ ਨਾਮ ਆਏ ਆ ਕੁਛ ਖਿਡਾਰੀਆਂ ਦੇ ਮੋਲੀ ਪਵਾਦੜਾ ਢੋਲਾ ਪਵਾਦੜਾ ਹਾਸ਼ੀ ਪਵਾਦੜਾ ਕੇਸਰ ਸਿੰਘ ਸੰਗੋਵਾਲ ਤੇ ਨੰਜੋ ਪਵਾਦੜਾ ਇਹਨਾਂ 5 ਖਿਡਾਰੀਆਂ ਸਾਡੇ ਕੋਲ ਨਾਮ ਆ ਚੁੱਕੇ ਆ ਤੇ ਹੋਰ ਵੀ ਕਿਸੇ ਦੀ ਜੇ ਇੱਛਾ ਹੋਵੇ ਕੁੱਕੜ ਫੜਨ ਦੀ ਉਹ ਪ੍ਰਬੰਧਕ ਕਮੇਟੀ ਕੋਲ ਆਪਣਾ ਨਾਂ ਐਂਟਰ ਕਰਾ ਸਕਦਾ ਆ ਸਾਡੇ ਕੋਲ ਕਿਸੇ ਵੀ ਦਰਸ਼ਕ ਵੀਰ ਨੇ 50 ਸਾਲ ਤੋਂ ਉੱਪਰ ਉਮਰ ਵਾਲੇ ਨੇ ਮੁਰਗਾ ਫੜਨ ਦੀ ਕੋਈ ਨਾਂ ਨਹੀਂ ਲਿਖਾਇਆ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਸਾਰੇ ਮੀਟ ਖਾਣ ਤੋਂ ਪਰਹੇਜ਼ ਕਰਦੇ ਆ ਕੋਈ ਨਹੀਂ ਆਇਆ ਸਵਾਈਨ ਫਲੂ ਤੋਂ ਡਰਦੇ ਲੱਗਦੇ ਆ ਇਸ ਲਈ ਬੇਨਤੀ ਕਰਦੇ ਆ ਮੁਰਗਾ ਛੱਡਣਾ ਆ ਅਤੇ ਦੇਸੀ ਮੁਰਗਾ ਆ ਸਵਾਈਨ ਫਲੂ ਦਾ ਕੋਈ ਡਰ ਨਹੀਂ ਘਰ ਦਾ ਪਾਲਿਆ ਆ ਖੁੱਡੇ 'ਚ ਬੰਦ ਰਹਿੰਦਾ ਅਤੇ ਨਾਲ 500 ਰੁਪਈਆ ਵੀ ਦਿੱਤਾ ਜਾਊਗਾ ਤੁੜਕਾ ਲਾਉਣ ਲਈ ਸੋ ਜਿਹੜੇ ਮੇਰੇ ਵੀਰ ਇਹ ਮੁਰਗਾ ਫੜਨਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਆ ਕਿ ਆ ਕੇ ਨਾਲ ਖਵਾਉਣ ਹੈਲੋ ਵਾਲੀਬਾਲ ਦੇ ਸੈਮੀ ਫਾਈਨਲ ਮੈਚ ਵਿੱਚ ਮੈਂ ਅਟੈਕਰ ਕੱਢੇ ਜਾਣਗੇ ਹੈਲੋ ਮੈਂ ਬੇਨਤੀ ਸੈਮੀ ਫਾਈਨਲ ਮੈਚ ਵਿੱਚ ਵਾਲੀਬਾਲ ਦੇ ਹੈਲੋ ਸਪੈਸ਼ਲ ਅਟੈਕਰ ਕੱਢੇ ਜਾਣਗੇ ਹੈਲੋ ਜੀ ਮੈਂ ਬੇਨਤੀ ਕਰੂੰਗਾ ਗੁਰਮੇਲ ਸਿੰਘ ਜੀ ਸਾਬਕਾ ਬਲਾਕ ਸੰਮਤੀ ਮੈਂਬਰ ਜੀ ਨੂੰ
ਕਿ ਉਹ ਨਾਲੇ ਤਾਂ ਸਟੇਜ 'ਤੇ ਆ ਕੇ ਸਜਣ ਅਤੇ ਨਾਲੇ ਆਪਣਾ ਸਨਮਾਨ ਚਿੰਨ ਆ ਕੇ ਪ੍ਰਾਪਤ ਕਰਨ ਜੀ। ਗੁਰਮੇਲ ਸਿੰਘ ਜੀ ਬਲਾਕ ਸੰਮਤੀ ਮੈਂਬਰ, ਉਹਨਾਂ ਨੂੰ ਬੇਨਤੀ ਆ ਕਿ ਉਹ ਆ ਕੇ ਸਟੇਜ 'ਤੇ ਬੈਠਣ ਅਤੇ ਨਾਲੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਹੈਲੋ, ਵਾਲੀਬਾਲ ਦੇ ਸੈਮੀ ਫਾਈਨਲ ਮੈਚ ਵਿੱਚ ਦੋ ਅਟੈਕਰ ਇੱਕ ਲੈਫਟਰ ਬੈਸਟ ਕੱਢੇ ਜਾਣਗੇ, ਉਹਨਾਂ ਨੂੰ 1500-1500 ਰੁਪਈਆ ਇਨਾਮ। ਦੋ ਅਟੈਕਰ ਇੱਕ ਲੈਫਟਰ, ਟੀਮਾਂ ਕਿਉਂ ਨਹੀਂ ਆ ਰਹੀਆਂ ਵੀ ਖੇਡ ਮੈਦਾਨ ਵਿੱਚ? ਕਬੱਡੀ ਦੀਆਂ ਟੀਮਾਂ, ਬੇਨਤੀ ਆ ਟੀਮਾਂ ਨੂੰ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ। ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ NRI ਵੀਰ ਅਤੇ ਪੂਰੇ ਨਗਰ ਦੇ ਸਹਿਯੋਗ ਨਾਲ ਅੱਜ ਦੇ ਜੋ ਕਬੱਡੀ ਕੱਪ ਦਾ ਪਹਿਲਾ ਜੋ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਦੋਨੋਂ ਟੀਮਾਂ ਨੂੰ ਬੇਨਤੀ ਆ ਵੀ ਜਲਦੀ ਟੀਮਾਂ ਖੇਡ ਮੈਦਾਨ ਵਿੱਚ ਆ ਜਾਣ। ਵਾਲੀਬਾਲ ਦੇ ਸੈਮੀ ਫਾਈਨਲ ਮੈਚ ਵਿੱਚ ਦੋ ਅਟੈਕਰ ਇੱਕ ਲੈਫਟਰ ਵੈਸਟ ਕੱਢਿਆ ਜਾਊਗਾ, ਉਹਨਾਂ ਨੂੰ 1500-1500 ਰੁਪਈਆ ਇਨਾਮ। ਔਰ ਵੈਸਟ ਡਿਫੈਂਸਰ ਵੀ ਕੱਢਿਆ ਜਾਊਗਾ, ਜੋ ਬਣਦਾ ਇਨਾਮ ਕਮੇਟੀ ਵੱਲੋਂ ਦਿੱਤਾ ਜਾਊਗਾ। ਲਓ ਜੀ, ਉੱਧਰ ਨਿਊ ਹੋਲੈਂਡ ਟਰੈਕਟਰ ਵਾਲਿਆਂ ਨੇ ਵੀ ਆਪਣੀ ਨੁਮਾਇਸ਼ ਲਾਈ ਹੈ, ਇੱਥੇ ਆਪਣਾ ਟਰੈਕਟਰ ਲੈ ਕੇ ਪੁੱਜੇ ਆ। ਸੋ ਨਿਊ ਹੋਲੈਂਡ ਟਰੈਕਟਰ ਵਾਲਿਆਂ ਦਾ ਵੀ ਧੰਨਵਾਦ ਹੈ, ਉਹਨਾਂ ਨੇ ਵੀ ਆਪਣਾ ਸਟਾਲ ਲਾਇਆ। ਸੋ ਬਹੁਤ ਬਹੁਤ ਧੰਨਵਾਦ ਨਿਊ ਹੋਲੈਂਡ ਟਰੈਕਟਰ। ਟੀਮਾਂ ਨੂੰ ਬੇਨਤੀ ਆ ਕਿ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਇਹ ਬੇਨਤੀ ਆ ਟੀਮਾਂ ਨੂੰ ਜਲਦੀ ਟੀਮਾਂ ਖੇਡ ਮੈਦਾਨ ਵਿੱਚ ਆ ਜਾਣ। ਜੋ ਮੈਚ ਮੇਰੇ ਵੀ ਜੋ ਖੇਡਿਆ ਜਾਣਾ, ਇਹ ਕਬੱਡੀ ਕਲੱਬਾਂ ਦਾ ਜੋ ਪਹਿਲਾ ਮੈਚ ਹੈ, ਇਸ ਕਬੱਡੀ ਕੱਪ ਦਾ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਥੋੜ੍ਹੇ ਸਮੇਂ ਦੇ ਬਾਅਦ। ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਬਹੁਤ ਬਹੁਤ ਧੰਨਵਾਦ ਹੈ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ, ਜਿੰਨੇ ਵੀ ਵੀਰ ਪੁੱਜੇ ਹੈ, ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੈਲੋ ਹੈਲੋ, ਵਾਲੀਬਾਲ ਦਾ ਅਗਲਾ ਮੈਚ, ਇੱਕ ਮਿੰਟ ਪਲੀਜ਼, ਇੱਧਰ ਵੀ ਧਿਆਨ ਦੇ ਦਿਆ ਕਰੋ, ਇੱਧਰ ਨਾ ਬੜਾ ਧਿਆਨ ਦਿਆ ਕਰੋ। ਮੈਂ ਬੇਨਤੀ ਕਰੂੰਗਾ ਰਾਮਜੀਤ ਸਿੰਘ ਜੀ ਸਪੋਰਟਸ ਡਾਇਰੈਕਟਰ, ਉਹ ਆਏ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਪਹੁੰਚਣ, ਉਹਨਾਂ ਨੂੰ ਆਇਆਂ ਨੂੰ ਜੀ ਆਇਆਂ ਜੀ। ਰਾਮਜੀਤ ਸਿੰਘ ਸਪੋਰਟਸ ਡਾਇਰੈਕਟਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆ ਕੇ ਪਹੁੰਚਣ ਜੀ। ਨਾਲ ਹੀ ਟੀਮਾਂ ਨੂੰ ਬੇਨਤੀ ਆ ਵੀ ਹਾਲੇ ਤੱਕ ਕੋਈ ਵੀ ਟੀਮ ਖੇਡ ਮੈਦਾਨ ਵਿੱਚ ਨਹੀਂ ਆਈ। ਇਹ ਵੀਰ ਜੀ ਹੁਣ ਜੁਰਮਾਨਾ ਸ਼ੁਰੂ ਹੋਣ ਲੱਗਾ ਆ, ਕੁਲਵਿੰਦਰ ਵੀਰ, ਫਿਰ ਇਹਨਾਂ ਨੂੰ ਹੁਣ ਜੁਰਮਾਨਾ ਹੋਵੇਗਾ ਟੀਮਾਂ ਨੂੰ। ਦੇਖ ਲਓ, ਜਿਹਦਾ ਇੱਕ ਦੋ ਮਿੰਟ 'ਚ ਟੀਮ ਆ ਗਈ, ਠੀਕ ਹੈ, ਇੱਕ ਮਿੰਟ ਦਾ 1000 ਰੁਪਈਆ ਇਹਨਾਂ ਦੇ ਪਾਰਟੀਸਪੇਟ ਵਿੱਚ ਹੁਣ ਕੱਟਿਆ ਜਾਣਾ ਪ੍ਰਧਾਨ ਸਾਹਿਬ, ਫਿਰ ਇਹ ਜੁਰਮਾਨਾ ਹੋਵੇਗਾ, ਇਸ ਕਰਕੇ ਟੀਮਾਂ ਜਲਦੀ ਆ ਜਾਣ ਖੇਡ ਮੈਦਾਨ ਦੇ ਵਿੱਚ। ਬਹੁਤ ਹੀ ਸ਼ਾਨਦਾਰ ਮੈਚ ਵਾਲੀਬਾਲ ਦਾ, ਸੰਕਰਾਂ ਵਰਸਿਸ ਵੇਈ ਭੂਈ, ਸੰਕਰਾਂ ਹਰਿਆਣਾ ਵਰਸਿਸ ਵੇਈ ਭੂਈ ਤਰਨ ਤਰਨ, ਹਰਿਆਣਾ ਵਰਸਿਸ ਪੰਜਾਬ, ਬਹੁਤ ਹੀ ਸ਼ਾਨਦਾਰ ਮੈਚ ਚੱਲ ਰਿਹਾ। ਵਾਲੀਬਾਲ ਦਾ ਅਗਲਾ ਮੈਚ ਸਿੱਧਵਾਂ ਦੋਨਾਂ ਵਰਸਿਸ ਮੈਸਮਪੁਰ, ਦੋਨੇ ਟੀਮਾਂ ਵਾਰਮ ਅਪ ਹੋ ਕੇ ਗਰਾਊਂਡ ਦੇ ਨੇੜੇ ਨੂੰ ਹੋ ਜਾਣ। ਸਿੱਧਵਾਂ ਦੋਨਾਂ ਵਰਸਿਸ ਮੈਸਮਪੁਰ, ਟੀਮਾਂ ਨੂੰ ਬੇਨਤੀ ਆ ਵੀਰ ਜੀ, ਇਹਨਾਂ ਦੇ ਕੋਚ ਸਾਹਿਬ ਨੂੰ ਬੇਨਤੀ ਆ ਵੀ ਪ੍ਰਬੰਧਕ ਉਹਨਾਂ ਨੂੰ ਬੁਲਾ ਰਿਹਾ। ਇਹ ਅਮਨ ਦੁੱਗਾ
ਤੇ ਬਖਸ਼ੀਸ਼ ਪੱਤੜ ਆਇਓ ਵੀਰ ਜੀ, ਤੁਹਾਨੂੰ ਪ੍ਰਬੰਧਕ ਬੁਲਾ ਰਿਹਾ ਵੀ ਟੀਮਾਂ ਕਿਉਂ ਨਹੀਂ ਆ ਰਹੀਆਂ, ਬੜਾ ਚਿਰ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸਾਡੇ ਨਾਲ ਆ ਕੇ ਸੰਪਰਕ ਕਰਿਓ, ਦੋਨੋਂ ਟੀਮਾਂ ਦੇ ਕੋਚ ਸਾਹਿਬਾਂ ਨੂੰ ਪ੍ਰਬੰਧਕ ਬੁਲਾ ਰਿਹਾ, ਦੱਸੋ ਟੀਮਾਂ ਕਿਉਂ ਨਹੀਂ ਆ ਰਹੀਆਂ ਵੀਰ ਜੀ। ਟੀਮਾਂ ਨੂੰ ਬੇਨਤੀ ਆ ਵੀ ਵੀਰ ਜੀ, ਜੇ ਤਾਂ ਮੈਚ ਖੇਡਣਾ ਠੀਕ ਹੈ, ਨਹੀਂ ਤਾਂ ਫਿਰ ਅਸੀਂ ਜੋ ਅਗਲੀ ਕਾਰਵਾਈ ਉਹ ਕਰਨ ਜਾ ਰਹੇ ਹਾਂ। ਹੁਣ ਵੀਰ ਜੀ ਨੋਟ ਕਰੋ, ਹਰ ਇੱਕ ਮਿੰਟ ਦਾ 1000 ਰੁਪਈਆ ਇਹਨਾਂ ਨੂੰ ਜੁਰਮਾਨਾ ਇਹਨਾਂ ਦੇ ਪਾਰਟੀ ਸਪੀਡ ਵਿੱਚੋਂ ਕੱਟਿਆ ਜਾਣਾ ਦੋਵਾਂ ਟੀਮਾਂ ਦੇ, ਹਰ ਇੱਕ ਮਿੰਟ ਦਾ 1000 ਰੁਪਈਆ ਫਾਈਨ ਹੋਣਾ। ਹੁਣ ਇਹ ਬੇਨਤੀ ਹੈ, ਸਾਡੇ ਪ੍ਰਬੰਧਕਾਂ ਦੱਸਿਆ ਵੀ ਹੁਣ 1000 ਰੁਪਈਆ ਅਸੀਂ ਕੱਢਣਾ, ਟਾਈਮ ਨੋਟ ਕਰ ਲਓ, ਹਰ ਮਿੰਟ ਦਾ 1000 ਰੁਪਈਆ ਹੁਣ ਇਹ ਜੋ ਜੁਰਮਾਨਾ ਹੋਣਾ ਇਹਨਾਂ ਟੀਮਾਂ ਨੂੰ ਜੀ। ਸੋ 5 ਮਿੰਟ ਦਾ ਸਮਾਂ ਸੀ ਉਹ ਸਮਾਪਤ ਹੋ ਗਿਆ, ਆਉਣ ਟੀਮਾਂ ਜਲਦੀ ਖੇਡ ਮੈਦਾਨ ਵਿੱਚ। ਬਿੱਟੂ ਵੀਰ ਸਟੋਪ ਵਾਚ ਦੇ ਟਾਈਮ ਲਾ ਦੇ, ਮਿੰਟ ਗਿਣ ਲਈ, 1000 ਰੁਪਈਏ ਨਾਲ ਦੋਵਾਂ ਟੀਮਾਂ ਦੇ ਪਾਰਟੀਸਪੇਟ ਦੇ ਕੱਟੇ ਜਾਣੇ ਆ। ਇਹ ਪ੍ਰਬੰਧਕ ਆਖਦੇ ਆ ਵਾਰ ਵਾਰ ਮੈਨੂੰ ਵੀ ਇਹਨਾਂ ਨੂੰ ਬੁਲਾਓ, ਜਲਦੀ ਬੁਲਾਓ। ਹੈਲੋ, ਆ ਜਿਹੜਾ ਵਾਲੀਬਾਲ ਦਾ ਮੈਚ ਚੱਲਦਾ ਸੀ ਹਾਫ ਟਾਈਮ ਦੇ ਵਿੱਚ, 16 ਸਾਂਕਰਾ 20-10 ਲਓ ਜੀ। ਹਾਂਜੀ, 50 ਕਿਲੋ ਭਾਰ ਪੁਆਦੜਾ ਇਹ ਤੇ ਵੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪੋ ਆਪਣੇ ਪ੍ਰਾਈਜ ਪ੍ਰਾਪਤ ਕਰਨ ਜੀ। 50 ਕਿਲੋ ਭਾਰ ਏ ਅਤੇ ਬੀ ਟੀਮਾਂ। ਪੰਜਾਹ ਕਿਲੋ ਭਾਰ ਇਹ ਵੀ ਨਹੀਂ, ਸੋਰੀ, ਫਸਟ ਅਤੇ ਸੈਕਿੰਡ ਟੀਮਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪੋ ਆਪਣੇ ਇਨਾਮ ਪ੍ਰਾਪਤ ਕਰਨ। 50 ਕਿਲੋ ਭਾਰ ਏ ਅਤੇ ਬੀ ਟੀਮਾਂ। ਬਾਬਾ ਫੰਗੂੜਾ ਸਾਹਿਬ ਕਬੱਡੀ ਕਲੱਬ ਪੱਤਰ ਕਲਾਂ ਦੀ ਟੀਮ ਆ, ਰਮਨ ਭੁਲਾਥਾ ਸੋਖਾ ਬਿੱਲੀ ਭੁੱਲਰ ਆ। ਮੈਂ ਵੇਖ ਰਿਹਾ ਵੀ ਐਨ ਜੋ ਤਕੜਾ ਮੈਚ ਹੋਣਾ ਹੈ, ਖੇਡ ਮੈਦਾਨ ਦੇ ਵਿੱਚ ਟੀਮਾਂ ਪੁੱਜ ਗਈਆਂ। ਲਓ ਸੋ ਜਗੀਰ ਦਾ ਬੂਟਾ ਵੀ ਪੁੱਜ ਗਿਆ ਮੇਰੇ ਵੀਰੋ। ਲਓ ਤਕੜਾ ਮੈਚ ਇਸ ਵੇਲੇ ਮੈਂ ਵੇਖ ਰਿਹਾ ਵੀ ਇਧਰਲੀ ਸਾਈਡ ਰਾਜਾ ਚੱਕਰਾਲਾ ਟੇਕ ਧਰਤੀ ਮਾਂ ਦੇ ਚਰਨਾਂ ਨੂੰ ਮੱਥਾ, ਜਿੰਦਰ ਸਿੰਧੜਾ ਪਿੰਡ ਦਾ ਸਰਦਾਰ ਨਰਿੰਦਰ ਸਿੰਘ ਪੰਚ ਉਦੋਵਾਲ ਦਾ ਪੁੱਤਰ ਮੇਰੇ ਵੀਰੋ ਵਿੱਕੀ ਉਦੋਵਾਲੀਆ ਵੀ ਆ ਗਿਆ। ਲਓ ਇੱਧਰ ਕੁਹਾਰ ਵੀ ਖੇਡ ਮੈਦਾਨ ਵਿੱਚ ਆ ਗਿਆ, ਮਾਰ ਕੇ ਸੱਜੇ ਪੱਟ ਤੇ ਥਾਪੀ। ਲਓ ਇਸ ਵੇਲੇ ਟੀਮਾਂ ਖੇਡ ਮੈਦਾਨ ਵਿੱਚ ਪੁੱਜ ਗਈਆਂ, ਬੁੱਟੇ ਵਰਗੇ ਖਿਡਾਰੀ ਪੁੱਜੇ ਆ। ਹਾਂਜੀ, ਵਾਲੀਬਾਲ ਦੇ ਸੈਮੀਫਾਈਨਲ ਮੈਚ ਵਿੱਚ ਕਰ ਲਓ, 2 ਲੈਫਟਰ ਤੇ 1 ਅਟੈਕਰ ਕੱਢਿਆ ਜਾਊਗਾ, 2 ਲੈਫਟਰ 1 ਅਟੈਕਰ ਕੱਢਿਆ ਜਾਊਗਾ। ਹੈਲੋ, ਵਾਲੀਬਾਲੀ ਦੇ ਸੈਮੀਫਾਈਨਲ ਮੈਚ ਵਿੱਚ 2 ਅਟੈਕਰ 1 ਲੈਫਟਰ ਬੈਸਟ ਕੱਢਿਆ ਜਾਊਗਾ, ਉਹਨਾਂ ਨੂੰ 1500-1500 ਇਨਾਮ, ਔਰ ਜੋ ਡਿਫੈਂਸ ਦਾ ਵਧੀਆ ਪ੍ਰਦਰਸ਼ਨ ਕਰੇਗਾ ਉਸ ਨੂੰ ਵੀ ਕਮੇਟੀ ਵੱਲੋਂ ਬਣਦਾ ਸਨਮਾਨ ਕੀਤਾ ਜਾਊਗਾ। ਹਰਜੀਤ ਸਿੰਘ ਤੇ ਜਤਿੰਦਰ ਸਿੰਘ ਵੱਡਾ ਮਾਣ ਭੇਜਦੇ ਆ। ਸੋ ਸਰਦਾਰ ਕੁਲਦੀਪ ਸਿੰਘ ਦੇ ਪੁੱਤਰ ਹਰਜੀਤ ਸਿੰਘ ਤੇ ਜਤਿੰਦਰ ਸਿੰਘ ਲਾਈਵ ਤੱਕ ਰਹੇ ਵੀਰ ਜੀ, ਬਹੁਤ ਬਹੁਤ ਧੰਨਵਾਦ ਹੈ ਜੋ ਲਾਈਵ ਤੱਕ ਰਹੇ, ਜਿੰਨੇ ਵੀ ਵੀਰ ਹੈ ਸਾਰਿਆਂ ਦਾ ਧੰਨਵਾਦ ਹੈ। ਲਓ ਛੀਣੀਆਂ ਮਾਵਾਂ ਦੇ ਬੱਬਰ ਸ਼ੇਰ ਖੇਡ ਮੈਦਾਨ ਦੇ ਵਿੱਚ ਪੁੱਜ ਗਏ ਆ। ਇੱਕ ਵਾਰ ਯੇਦਾ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ, ਖਿੱਚ ਕੇ ਤਾੜੀ ਮਾਰੋ ਜ਼ੋਰਦਾਰ, ਦੂਜੀ ਟੀਮ ਨੂੰ ਪਤਾ ਲੱਗੇ ਵੀ ਖੇਡ ਮੈਦਾਨ ਵਿੱਚ ਜਲਦੀ ਪੁੱਜਣਾ ਹੈ ਕਿਉਂਕਿ ਦਰਸ਼ਕ ਵੀਰ ਇੰਤਜ਼ਾਰ ਕਰਦੇ ਆ। ਸੋ ਧੰਨਵਾਦ ਹੈ, ਉੱਧਰ ਕਬੱਡੀ 365.com ਵਾਲਿਆਂ ਦਾ ਵੀ ਧੰਨਵਾਦ ਹੈ। 50 ਕਿਲੋ ਭਾਰ ਫਸਟ ਅਤੇ ਸੈਕਿੰਡ ਟੀਮਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਆਪੋ ਆਪਣਾ ਪ੍ਰਾਈਜ਼ ਪ੍ਰਾਪਤ ਕਰਨ ਜੀ। ਵਾਲੀਬਾਲ ਦਾ ਅਗਲਾ ਮੈਚ ਸੈਦਮਾ ਦੋਨਾ ਵਰਸੀ ਮੈਸਮਪੁਰ,
ਇਸ ਤੋਂ ਅਗਲਾ ਮੈਚ ਸਿੱਧਮਾ ਦੋਨਾ ਵਾਰਸੀ ਮਹਿਸਮਪੁਰ ਵਾਲੀਵਾਲ ਦਾ ਦੋਨਾਂ ਟੀਮਾਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਨਜ਼ਦੀਕ ਪਹੁੰਚਣ ਸਿੱਧਮਾ ਦੋਨਾ ਵਾਰਸੀ ਮਹਿਸਮਪੁਰ ਅਮਨ ਵੀਰਾ ਤੇਰੀ ਟੀਮ ਦੇ ਇੱਕ ਦੋ ਤਿੰਨ ਤੇ ਚਾਰ ਪਲੇਅਰ ਪੁੱਜੇ ਆ ਅਮਨ ਤੁੱਗਾ ਵੀਰਾ ਲੈ ਆ ਆਪਣੀ ਟੀਮ ਨੂੰ ਜਲਦੀ ਅਮਨ ਤੁੱਗਾ ਨੂੰ ਬੇਨਤੀ ਆ ਜਲਦੀ ਟੀਮ ਨੂੰ ਖੇਡ ਮੈਦਾਨ ਵਿੱਚ ਲੈ ਆ ਬਾਕੀ ਪਲੇਅਰਾਂ ਨੂੰ ਜਲਦੀ ਲੈ ਆ ਖੇਡ ਮੈਦਾਨ ਦੇ ਵਿੱਚ ਅਮਨ ਤੁੱਗਾ ਅਮਨ ਵੀਰ ਨੂੰ ਬੇਨਤੀ ਆ ਵੀਰ ਜੀ ਆਪਣੀ ਟੀਮ ਨੂੰ ਲੈ ਆ ਜਲਦੀ ਖੇਡ ਮੈਦਾਨ ਦੇ ਵਿੱਚ ਚੌਥਾ ਕਬੱਡੀ ਕੱਪ ਚੜ੍ਹਦੀ ਕਲਾ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਮੇਰੇ ਵੀਰੋ ਇਸ ਵੇਲੇ ਅੱਜ ਦਾ ਜੋ ਪਹਿਲਾ ਮੁਕਾਬਲਾ ਹੈ ਇਹ ਜੋ ਮੁਕਾਬਲਾ ਹੈ ਬਾਬਾ ਫੰਗੂੜਾ ਸਾਹਿਬ ਕਬੱਡੀ ਕਲੱਬ ਪੱਤੜ ਕਲਾਂ ਜੋ ਬਖਸ਼ੀਸ਼ ਪੱਤੜ ਦੀ ਟੀਮ ਹੈ ਮੇਰੇ ਵੀਰੋ ਔਰ ਦੂਜੀ ਸਾਈਡ ਆ ਗੁਰੂ ਹਰਰਾਏ ਸਾਹਿਬ ਜੀ ਕਬੱਡੀ ਕਲੱਬ ਦੁੱਗਾਂ ਦੀ ਟੀਮ ਹੈ ਸੋ ਪਹਿਲਾ ਜੋ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ ਹੈ ਪਵਾਦਰਿਆਂ ਦੀ ਧਰਤੀ ਵੀ ਸੱਤਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਸਾਹਮਣੇ ਨਿਸ਼ਾਨ ਸਾਹਿਬ ਦੇਖਦੇ ਕੇਸੀ ਨਿਸ਼ਾਨ ਸਾਹਿਬ ਚੁੱਲ੍ਹਾ ਜਿਸ ਸਥਾਨ 'ਤੇ ਇੱਥੇ ਗੁਰੂ ਮਹਾਰਾਜ ਜੀ ਨੇ ਚਰਨ ਪਾਏ ਹੈ ਸੱਤਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਕੋਟੀ ਕੋਟੀ ਪ੍ਰਣਾਮ ਹੈ ਇਸ ਨਗਰ ਨੇ ਦੁਨੀਆਂ ਦੇ ਸਟਾਰ ਪੈਦਾ ਕੀਤੇ ਹੈ ਜਿੱਥੇ ਮੱਖਣ ਸਿੰਘ ਪਵਾਦਰਾ ਵਰਗੇ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਹੈ ਉੱਥੇ ਬਲਵੀਰ ਸਿੰਘ ਜੀ ਓਲੰਪੀਅਨ ਖਿਡਾਰੀ ਪੈਦਾ ਕੀਤੇ ਹੈ ਜਿਨ੍ਹਾਂ ਨੇ ਤਿੰਨ ਵਾਰ ਹਿੰਦੁਸਤਾਨ ਦੀ ਟੀਮ ਨੂੰ ਓਲੰਪੀਅਨ ਖੇਡਾਂ ਵਿੱਚ ਗੋਲਡ ਮੈਡਲ ਜਿਤਾਇਆ ਬਲਵੀਰ ਸਿੰਘ ਜੀ ਓਲੰਪੀਅਨ ਵਰਗੇ ਅਨਮੋਲ ਹੀਰੇ ਪੈਦਾ ਕਰਨ ਵਾਲਾ ਇਹ ਨਗਰ ਪਵਾਦਰਾ ਹੈ ਹਾਂਜੀ ਰੁਪਿੰਦਰ ਜਲਾਲ ਕਮੈਂਟੈਂਟਰ ਉਹ ਵੀ ਪਹੁੰਚ ਚੁੱਕੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਮੈਦਾਨ ਵਿੱਚ ਜਾਣ ਅਤੇ ਆਪਣੀ ਡਿਊਟੀ ਸੰਭਾਲਣ ਸਾਡਾ ਵੀ ਰੁਪਿੰਦਰ ਜਲਾਲ ਵੀ ਪੁੱਜ ਗਿਆ ਕਬੱਡੀ ਦਾ ਪ੍ਰਸਿੱਧ ਬੁਲਾਰਾ ਸੋ ਬਹੁਤ ਬਹੁਤ ਧੰਨਵਾਦ ਹੈ ਅਮਨ ਨੂੰ ਬੇਨਤੀ ਹੈ ਅਮਨ ਦੁੱਗਾ ਨੂੰ ਵੀ ਅਮਨ ਆ ਜਲਦੀ ਖੇਡ ਮੈਦਾਨ ਦੇ ਵਿੱਚ ਅਮਨ ਦੁੱਗਾ ਆਪਣੀ ਟੀਮ ਨੂੰ ਲੈ ਕੇ ਜਲਦੀ ਪੁੱਜ ਖੇਡ ਮੈਦਾਨ ਦੇ ਵਿੱਚ ਸੋ ਇੱਧਰ ਬਖਸ਼ੀਸ਼ ਪੱਤੜ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਲਓ ਜੋ ਮੈਚ ਹੈ ਪਹਿਲਾ ਮੈਚ ਹੈ ਸੋ ਬਹੁਤ ਬਹੁਤ ਧੰਨਵਾਦ ਮਾਣਯੋਗ ਸਤਿਕਾਰਯੋਗ ਜਿੰਨੇ ਵੀ ਖਿਡਾਰੀ ਵੀਰ ਪੁੱਜੇ ਹੈ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਥੇ ਪੁੱਜਣ 'ਤੇ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਪੁੱਜੇ ਹੈ ਸਵਰਗੀ ਬਲਜੀਤ ਸਿੰਘ ਜੀ ਗਿੱਲ ਪੁਆਲਦਿਆਂ ਵਾਲੇ ਕੈਨੇਡਾ ਵਾਲੇ ਉਹਨਾਂ ਦੀ ਨਿੱਕੀ ਯਾਦ ਨੂੰ ਸਮਰਪਿਤ ਹੈ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ ਅੱਜ ਦਾ ਜੋ ਇਹ ਕਬੱਡੀ ਕੱਪ ਹੈ ਬਹੁਤ ਬਹੁਤ ਧੰਨਵਾਦ ਹੈ ਮਾਣਯੋਗ ਸਤਿਕਾਰਯੋਗ ਸਾਰੀਆਂ ਸ਼ਖਸੀਅਤਾਂ ਦਾ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੈ ਟੀਮ ਦੇ ਬਾਕੀ ਪਲੇਅਰਾਂ ਨੂੰ ਬੇਨਤੀ ਹੈ ਅਮਨ ਲੈ ਆ ਵੀ ਜਲਦੀ ਪਲੇਅਰਾਂ ਨੂੰ ਖੇਡ ਮੈਦਾਨ ਦੇ ਵਿੱਚ ਜਲਦੀ ਉੱਧਰ ਰੁਪਿੰਦਰ ਜਲਾਲ ਸਾਡਾ ਵੀਰ ਵੀ ਪੁੱਜ ਚੁੱਕਿਆ ਹੈ ਸੋ ਮੈਚ 'ਤੇ ਮੇਰੇ ਨਾਲ ਆਪਣੇ ਮਿੱਠੇ ਮਿੱਠੇ ਬੋਲਾਂ ਦੀ ਸਾਂਝ ਪਵੇਗਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਪਲੇਅਰਾਂ ਨੂੰ ਵੀ ਬੇਨਤੀ ਹੈ ਕਿ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ ਜੋ ਅਗਲਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਉਹ ਵੀ ਟੀਮਾਂ ਤਿਆਰ ਰਹਿਣਾ ਸੋ ਇਹ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਮਾਣਯੋਗ ਸਤਿਕਾਰਯੋਗ ਸਾਰੀਆਂ ਸ਼ਖਸੀਅਤਾਂ ਦਾ ਸੋ ਦੂਜੇ ਮੈਚ ਦੇ ਵਾਸਤੇ
ਸਾਡਾ ਵੀਰ ਰੁਪਿੰਦਰ ਜਲਾਲ ਵੀ ਪੁੱਜ ਗਿਆ ਸੋ ਦੂਜੇ ਮੈਚ ਦੇ ਵਾਸਤੇ ਉਹ ਵੀ ਆਪਣੀਆਂ ਸੇਵਾਵਾਂ ਦੇਵੇਗਾ ਬਹੁਤ ਬਹੁਤ ਧੰਨਵਾਦ ਹਾਂਜੀ ਪ੍ਰਧਾਨ ਸਾਹਿਬ ਅੱਜ ਦੀ ਇਸ ਖੇਡ ਨੂੰ ਦੇਖਣ ਦੇ ਲਈ ਢਗਾਰਾ ਪਿੰਡ ਤੋਂ ਉੱਥੋਂ ਦੇ ਮਾਨਯੋਗ ਸਰਪੰਚ ਸਾਹਿਬ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਇੱਥੇ ਆਇਆਂ ਅਤੇ ਜੀ ਆਇਆਂ ਆਖਦੇ ਹਾਂ ਜੀ ਸਰਪੰਚ ਸਾਹਿਬ ਪਿੰਡ ਢਗਾਰਾ ਬੇਨਤੀ ਹੈ ਅਮਨ ਵੀ ਤੇਰੇ ਪਲੇਅਰ ਕਿਉਂ ਨਹੀਂ ਆ ਰਹੇ ਖੇਡ ਮੈਦਾਨ ਵਿੱਚ ਨਹੀਂ ਤਾਂ ਜਿੰਨੇ ਵੀ ਚਾਰ ਪੰਜ ਪਲੇਅਰ ਆਏ ਆ ਅਸੀਂ ਮੈਚ ਸ਼ੁਰੂ ਕਰਨ ਲੱਗੇ ਹਾਂ ਬਾਅਦ ਵਿੱਚ ਇਤਰਾਜ਼ ਨਾ ਕਰੀ ਜਿੰਨੇ ਵੀ ਪਲੇਅਰ ਆਏ ਆ ਇਹੀ ਮੈਚ ਖੇਡਣਗੇ ਨਹੀਂ ਤਾਂ ਫਿਰ ਜਲਦੀ ਲੈ ਆ ਖੇਡ ਮੈਦਾਨ ਵਿੱਚ ਅਮਨ ਦੁੱਗਾ ਆ ਜਾ ਵੀਰ ਲੈ ਆਓ ਜਲਦੀ ਖੇਡ ਮੈਦਾਨ ਦੇ ਵਿੱਚ ਲਓ ਇੱਧਰ ਲਈ ਸਾਈਡ ਆ ਮਾਰੋ ਬਿਸਲ ਜੀ ਲਗਭਗ ਖਿਡਾਰੀ ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਦੁੱਗਾ ਦੀ ਟੀਮ ਦੇ ਵੀ ਪੁੱਜ ਗਿਆ ਹੈ ਅਗਲੇ ਮੈਚ ਵਾਸਤੇ ਰੁਪਿੰਦਰ ਜਲਾਲ ਸੋ ਵੀ ਤਿਆਰ ਰਹੇ ਸੋ ਸਾਡੇ ਵੀਰ ਦਾ ਧੰਨਵਾਦ ਹੈ ਰੁਪਿੰਦਰ ਜਲਾਲ ਵੀਰ ਸਾਡਾ ਪੁੱਜਿਆ ਮੇਰਾ ਛੋਟਾ ਵੀਰ ਹੈ ਬਹੁਤ ਬਹੁਤ ਧੰਨਵਾਦ ਰੁਪਿੰਦਰ ਜਲਾਲ ਦਾ ਕੁਲਵਿੰਦਰ ਵੀਰ ਕੁਲਵਿੰਦਰ ਵੀਰ ਜੀ ਇੰਟਰੋਡਿਕਸ਼ਨ ਵਾਸਤੇ ਲੀਡ ਟੀਮਾਂ ਲੈਣਾ ਕਰੀਏ ਜੀ ਕਿਉਂਕਿ ਆਪਾਂ ਲੇਟ ਹਾਂ ਦੇਖ ਲਓ ਲਾਈਨਅਪ ਕਰ ਲਈਏ ਜੀ ਠੀਕ ਹੈ ਹਾਫ ਟਾਈਮ ਤੇ ਕਰ ਲਈਏ ਜਾਂ ਵੀਰ ਜੀ ਖਿਡਾਰੀ ਆਖਦੇ ਵੀ ਹਾਫ ਟਾਈਮ ਤੇ ਇੰਟਰੋਡਿਊਸ ਕਰ ਲਿਆ ਜਾਵੇ ਤਾਂ ਵਧੀਆ ਦੱਸੋ ਕੁਲਵਿੰਦਰ ਵੀਰ ਫਿਰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਟੀਮਾਂ ਗਰਾਊਂਡ 'ਤੇ ਪਹੁੰਚੀਆਂ ਨੇ ਉਹ ਲਾਈਨਅਪ ਹੋ ਗਈਆਂ ਅਤੇ ਮੇਰੇ ਵੀਰ ਐਨ ਆਰ ਆਈ ਜਿੰਨੇ ਵੀ ਸਟੇਜ 'ਤੇ ਬੈਠੇ ਹੈ ਉਹ ਗਰਾਊਂਡ ਦੇ ਵਿੱਚ ਜਾ ਕੇ ਉਹ ਟੀਮਾਂ ਦੇ ਨਾਲ ਤਰਫ ਕਰਨ ਉਹਨਾਂ ਦੇ ਨਾਲ ਮੇਲ ਜੋਲ ਕਰਨ ਐਨ ਆਰ ਆਈ ਵੀਰ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਾਨਯੋਗ ਸਤਿਕਾਰਯੋਗ ਜਿੰਨੀਆਂ ਵੀ ਸ਼ਖਸੀਅਤਾਂ ਖੇਡ ਮੈਦਾਨ ਦੇ ਵਿੱਚ ਪੁੱਜੀਆਂ ਆਪਾਂ ਧੰਨਵਾਦ ਕਰਦੇ ਹਾਂ ਉਹ ਤਾਂ ਸਾਡੇ ਵੀਰ ਜਸਵੀਰ ਸਿੰਘ ਜੁੱਕੇ ਪ੍ਰਦੀਪ ਸਿੰਘ ਜੁੱਕੇ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਸੁੱਚਾ ਸਿੰਘ ਜੀ ਵੀ ਖੇਡ ਮੈਦਾਨ 'ਚ ਪੁੱਜਿਆ ਸਰਦਾਰ ਮੋਹਨ ਸਿੰਘ ਜੀ ਜੋ ਬਲਜੀਤ ਗਿੱਲ ਜੀ ਦੇ ਚਾਚਾ ਜੀ ਨੇ ਉਹ ਵੀ ਖੇਡ ਮੈਦਾਨ ਵਿੱਚ ਪੁੱਜੇ ਹੈ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਮਾਨਯੋਗ ਸਤਿਕਾਰਯੋਗ ਸ਼ਖਸੀਅਤਾਂ ਦਾ ਸਰਦਾਰ ਬਿੱਕਰ ਸਿੰਘ ਜੀ ਕਨੇਡਾ ਉਹ ਵੀ ਖੇਡ ਮੈਦਾਨ ਵਿੱਚ ਪੁੱਜਿਆ ਬਲਜੀਤ ਗਿੱਲ ਦੇ ਜੋ ਬ੍ਰਦਰ ਹੈ ਸਾਡੇ ਰਾਣੀ ਵੀਰ ਵੱਲੋਂ ਵੀ ਵੱਡਾ ਮਾਣ ਆਇਆ ਧੰਨਵਾਦ ਹੈ ਬਲਜੀਤ ਗਿੱਲ ਜੀ ਦੇ ਜੋ ਬ੍ਰਦਰ ਨੇ ਉਹਨਾਂ ਦੇ ਵੀਰ ਨੇ ਰਾਣਾ ਵੀਰ ਜੀ ਹਰਮਿੰਦਰ ਢਿੱਲੋਂ ਜੀ ਸਾਡੇ ਵੀਰ ਜੀ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਆ ਭਰਾਵਾਂ ਵਾਲਾ ਪਿਆਰ ਸੀ ਸਾਡੇ ਵੀਰ ਨਾਲ ਬਲਜੀਤ ਗਿੱਲ ਨਾਲ ਸਾਡੇ ਵੀਰ ਦਾ ਲਓ ਜਿੰਨੀਆਂ ਵੀ ਮਾਨਯੋਗ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੋਨੋਂ ਟੀਮਾਂ ਲਾਈਨਅਪ ਹੈ ਅਮਨ ਜੇ ਕੁਝ ਪਲੇਅਰ ਬਾਕੀ ਰਹਿੰਦੇ ਆ ਤੇ ਜਲਦੀ ਲੈ ਆ ਖੇਡ ਮੈਦਾਨ ਵਿੱਚ ਅਮਨ ਦੁੱਗਾ ਅਮਨ ਆ ਗਿਆ ਪਲੇਅਰ ਪੂਰੇ ਰਹਿੰਦੇ ਆ ਪਲੇਅਰ ਬੁਲਾ ਲਾ ਮੇਰੇ ਵੀਰ ਜਲਦੀ ਬਹੁਤ ਬਹੁਤ ਧੰਨਵਾਦ ਹੈ ਅੱਜ ਦਾ ਜੋ ਕਬੱਡੀ ਕੱਪ ਹੈ ਸਵਰਗੀ ਸਰਦਾਰ ਬਲਜੀਤ ਸਿੰਘ ਜੀ ਗਿੱਲ ਪੋਹਾਦਰਿਆਂ ਵਾਲੇ ਜੋ ਕਬੱਡੀ ਦੇ ਮਹਾਨ ਪ੍ਰਮੋਟਰ ਜਿਨ੍ਹਾਂ ਦਾ ਵੱਡਾ ਘਾਟਾ ਪਿਆ ਮੇਰੇ ਵੀਰਿਓ ਪੰਜਾਬ ਦੀ ਖੇਡ ਕਬੱਡੀ ਨੂੰ ਜੇ ਗੱਲ ਕਰੀਏ ਵੈਨਕੂਵਰ ਜਾਂ ਪੂਰੇ ਕੈਨੇਡਾ ਦੀ ਖੇਡ ਕਬੱਡੀ ਨੂੰ ਵੱਡਾ ਘਾਟਾ ਪਿਆ ਹੈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਬਲਜੀਤ ਗਿੱਲ ਦਾ ਮੇਰੇ ਵੀਰੋ ਪੋਹਾਦਰਿਆਂ ਵਾਲਿਆਂ ਦਾ ਅੱਜ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਹੈ ਅੱਜ ਦਾ ਜੋ ਇਹ ਕਬੱਡੀ ਕੱਪ ਹੈ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਹੈ ਆ ਜਾਓ ਜੀ ਟੀਮਾਂ ਆ ਕੇ ਬੈਠ ਜਾਣ ਦੋਨੋਂ ਆ ਜਾਣ ਦੋਨੋਂ ਟੀਮਾਂ ਆ ਜਾਓ ਵੀ ਖਿਡਾਰੀ ਵੀਰੋ ਆ ਕੇ ਬੈਠ ਜਾਓ
ਚਰਨਜੀਤ ਕੁਹਾੜ, ਚਰਨਜੀਤ ਆਓ ਆਓ ਜਲਦੀ ਖੇਡ ਮੈਦਾਨ ਦੇ ਵਿੱਚ। ਲਓ ਮੁੰਨੇ ਵਰਗੇ, ਚਰਨਜੀਤ ਵਰਗੇ, ਲਓ ਖੋਜੇ ਵਾਲੀ ਆ ਮੁੰਨਾ, ਇਹ ਨੌਜਵਾਨ ਆ ਵੀ ਕਬੱਡੀ ਦਾ ਐਨ ਕਹਿੰਦੇ ਵੀ ਪੈਰਾਂ ਦਾ ਬੜਾ ਛੋਲਾ, ਕਬੱਡੀ ਦਾ ਟੋਪਰ ਖਿਡਾਰੀ ਆ। ਲਓ ਉੱਧਰ ਸਾਡਾ ਵੀਰ ਹਰਮਿੰਦਰ ਢਿੱਲੋਂ, ਲਓ ਇੱਕ ਯਾਦਗਾਰ ਫੋਟੋ ਜੋ ਅਕਸਰ ਹੀ ਪੂਰੀ ਦੁਨੀਆ ਦੇ ਵਿੱਚ ਸਾਡੇ ਵੀਰ ਨੇ ਪਹੁੰਚਾਉਣੀ ਹੈ ਕਿ ਬਲਜੀਤ ਸਿੰਘ ਗਿੱਲ ਯਾਦਗਾਰੀ ਕਬੱਡੀ ਕੱਪ ਪਿੰਡ ਪੁਆਧੜਿਆਂ ਦਾ ਸਾਡੇ ਵੀਰ ਹਰਮਿੰਦਰ ਢਿੱਲੋਂ ਨਾਲ ਸੁਰਜੀਤ ਸਟੂਡੀਓ ਸਾਡੇ ਵੀਰ ਬਿਲਗੇ ਵਾਲਿਆਂ ਦਾ ਵੀ ਧੰਨਵਾਦ ਹੈ। ਲਓ ਮੇਰੇ ਵੀਰ ਇੱਕ ਯਾਦਗਾਰ ਫੋਟੋ। ਹੁਣ ਮੈਚ ਖੇਡ ਮੈਦਾਨ ਦੇ ਵਿੱਚ ਤਕੜਾ ਸ਼ੁਰੂ ਹੋਣ ਜਾ ਰਿਹਾ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ। ਉੱਧਰ ਜਲਾਲ ਮੇਰਾ ਵੀਰ ਵੀ ਪੁੱਜ ਚੁੱਕਿਆ, ਰੁਪਿੰਦਰ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਸਾਡੇ ਰੁਪਿੰਦਰ ਵੀਰ ਜੀ ਦਾ ਵੀ ਧੰਨਵਾਦ ਹੈ। ਸੋ ਅਗਲੇ ਮੈਚ ਤੋਂ ਸਵਾਵਾਂ ਸਾਡਾ ਵੀਰ ਰੁਪਿੰਦਰ ਜਲਾਲ ਉਹ ਤਿਆਰ ਰਹੇ। ਸੋ ਬਹੁਤ ਧੰਨਵਾਦ ਹੈ ਸਾਡੇ ਬਲਜੀਤ ਗਿੱਲ ਜੀ ਦੇ ਬ੍ਰਦਰ, ਉਹਨਾਂ ਦੇ ਵੀਰ ਰਾਣਾ ਸਾਡੇ ਵੀਰ ਜੀ, ਉਹਨਾਂ ਵੱਲੋਂ 500 ਦਾ ਵੱਡਾ ਮਾਣ ਆਇਆ। ਰਾਣਾ ਵੀਰ ਜੋ ਬਲਜੀਤ ਗਿੱਲ ਦੇ ਬ੍ਰਦਰ ਨੇ, ਸੋ ਵੱਡਾ ਮਾਣ ਭੇਜਦੇ ਆ 500 ਦਾ। ਨਾਲ ਸਾਡਾ ਵੀਰ ਗੋਖਾ ਚੇਅਰਮੈਨ ਆ, ਸਾਡਾ ਵੀਰ ਜੀ ਵੀ ਵੱਡਾ ਮਾਣ ਭੇਜਦੇ ਆ, ਬਹੁਤ ਬਹੁਤ ਧੰਨਵਾਦ ਹੈ। ਲਓ ਦੋਨੋਂ ਟੀਮਾਂ, ਇੱਕ ਬੇਨਤੀ ਆ ਵੀ ਵਾਧੂ ਕੋਈ ਵੀ ਦਰਸ਼ਕ, ਕੋਈ ਵਾਧੂ ਪਲੇਅਰ ਖੇਡ ਮੈਦਾਨ 'ਚ ਨਾ ਆਵੇ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਨਹੀਂ ਕਬੱਡੀਆਂ ਪਾਉਣੀਆਂ ਉਹ ਬੈਠ ਜਾਣ, ਰਸ਼ ਨਾ ਪਾਓ, ਬਾਕਸ ਵਿੱਚ ਚਲ ਜਾਓ। ਪਲੇਅਰ ਪ੍ਰਬੰਧਕਾਂ ਵੱਲੋਂ ਮੈਨੂੰ ਹੁਕਮ ਹੋਇਆ ਵੀ ਕੋਈ ਵੀ ਖਿਡਾਰੀ ਵੀਰ ਜਿਹਨੇ ਨਹੀਂ ਕਬੱਡੀਆਂ ਪਾਉਣੀਆਂ ਉਹ ਖੜਾ ਨਹੀਂ ਹੋਵੇਗਾ। ਜਿਹੜਾ ਸਪੇਅਰ ਪਲੇਅਰ ਹੈ, ਜਿਹੜਾ ਐਨ ਰੈਡੀ ਹੈ, ਐਨ ਪੂਰਾ ਐਕਟਿਵ ਹੈ, ਉਹ ਖੜੇ, ਬਾਕੀ ਬੈਠ ਜਾਓ ਵੀਰ ਜੀ। ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੋ ਅੱਜ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਗੱਭਰੂ ਸ਼ੈਲ ਵਾਂਗ ਕੇ ਆ ਗਏ ਨੇ ਮੈਦਾਨ ਅੰਦਰ। ਜੋਸ਼ ਹੁੰਦਾ ਹੈ ਜਿਵੇਂ ਤੂਫਾਨ ਅੰਦਰ, ਸਰੀਰ ਸ਼ਾਂਟ ਮੈਂ ਲਿਸ਼ ਲਿਸ਼ ਕਰਨ ਪਿੰਡੇ, ਤਲਵਾਰ ਹੁੰਦੀ ਹੈ ਜਿਵੇਂ ਮਿਆਨ ਅੰਦਰ, ਚੜ੍ਹਤ ਦੇ ਕੇ ਅੰਛਾਂ 'ਚ ਕਰੇ ਦੁਨੀਆ, ਗੁੱਡੀ ਚੜ੍ਹੀ ਹੈ ਜਸਮਾਨ ਅੰਦਰ, ਤੇਜ਼ ਤਰਾਰ ਗੱਭਰੂ ਵਾਰੀ ਮਾਂ ਸਦਕੇ, ਕੱਸਿਆ ਤੀਰ ਹੈ ਜਿਵੇਂ ਕਮਾਨ ਅੰਦਰ। ਲਓ ਜਿਵੇਂ ਕਹਿੰਦੇ ਵੀ ਕਮਾਨ ਦੇ ਵਿੱਚ ਤੀਰ ਕੱਸੇ ਹੈ, ਲਓ ਇਸ ਤਰ੍ਹਾਂ ਦੇ ਜੁੱਸੇ ਹੈ ਇਹਨਾਂ ਨੌਜਵਾਨਾਂ ਦੇ ਜੋ ਪਹਿਲਾ ਮੈਚ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਸ਼ੁਰੂ ਹੋਣ ਜਾ ਰਿਹਾ। ਆਪਾਂ ਵੇਖਦੇ ਵੀ ਇੱਕ ਸਾਈਡ ਬਖਸ਼ੀਸ਼ ਪੱਤਣ ਦੀ ਟੀਮ ਹੈ, ਬਾਬਾ ਫੰਗੂੜਾ ਸਾਹਿਬ ਕਬੱਡੀ ਕਲੱਬ ਪੱਤੜ ਕਲਾਂ, ਇਹ ਮੇਰੇ ਸੱਜੇ ਹੱਥ ਹੈ, ਇਹ ਪੱਤੜ ਕਲਾਂ ਦੀ ਟੀਮ ਹੈ। ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਦੁੱਗਾ, ਇਹ ਅਮਨ ਦੁੱਗਾ ਦੀ ਟੀਮ ਮੇਰੇ ਖੱਬੇ ਹੱਥ ਹੈ, ਦੁੱਗਾ ਅਤੇ ਪੱਤੜ ਕਲਾਂ ਸਟੇਜ ਵਾਲੀ ਸਾਈਡ ਹੈ। ਹਾਂਜੀ, ਜਿਹੜਾ ਕੁੱਕੜ ਦਾ ਫਣ ਦਾ ਟਾਈਮ ਹੈ ਉਹ 3:30 ਵਜੇ ਦਾ, ਜਿਹਨਾਂ ਵੀਰਾਂ ਨੇ ਨਾਮ ਲਿਖਾਏ ਆ ਉਹ 3:30 ਵਜੇ ਤਿਆਰ ਰਹਿਣ ਜੀ। ਲਓ ਇਸ ਵੇਲੇ ਮੇਰੇ ਵੀਰ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਲਓ ਸੋਨੂੰ ਭੇਟਾਂ ਦਾ ਦੁੱਗਾਂ ਦੀ ਟੀਮ ਦੇ ਵੱਲੋਂ ਇੱਕ ਵਾਰ ਤਾੜੀਆਂ ਮਾਰੋ ਜ਼ੋਰਦਾਰ, ਪਹਿਲੀ ਕਬੱਡੀ ਇਸ ਕਬੱਡੀ ਕੱਪ ਦੀ ਪੈ ਚੁੱਕੀ ਹੈ। ਇਹ ਨੌਜਵਾਨ ਭੇਟਾਂ ਪਿੰਡ ਦਾ, ਜਿੱਥੇ ਦਾ ਚੰਨਾ ਮਨਪ੍ਰੀਤ ਮਾਨੀ ਭੇਟਾਂ ਦਾ ਮੇਰੇ ਵੀਰੋ, ਲਓ ਉਸੇ ਨਗਰ ਦਾ ਇਹ ਨੌਜਵਾਨ ਹੈ। ਲਓ ਅਗਲੀ ਕਬੱਡੀ ਪੱਤੜ ਕਲਾਂ ਦੀ ਟੀਮ ਦੇ ਵੱਲੋਂ ਖੋਜੇਵਾਲ ਪਿੰਡ ਹੈ, ਜਿੱਥੇ ਦਾ ਜੱਗਾ ਖੋਜੇ ਵਾਲੀ ਆ ਮਹਾਨ ਪ੍ਰਮੋਟਰ ਹੈ, ਹਾਲੈਂਡ ਦੇ ਐਮਸਟਰਮ ਕਬੱਡੀ ਕੱਪ ਦਾ ਮੇਨ ਪ੍ਰਬੰਧਕ ਹੈ। ਲਓ ਉੱਥੇ ਦਾ ਇਹ ਨੌਜਵਾਨ ਮੁੰਨਾ, ਉੱਧਰ ਕੇਸ਼ੀ ਨਿਕਣ ਦਾ ਪ੍ਰਯਾਸ ਕਰਦਾ ਹੈ, ਪਰ ਪੁਆਇੰਟ ਇਸ ਨੌਜਵਾਨ ਮੁੰਨੇ ਦੇ ਹਿੱਸੇ ਹੈ ਕਿ ਮੇਰੇ ਦੇਸ਼ ਦੇ ਗੱਭਰੂ ਬਾਂਕੇ ਸ਼ੈਲ ਜਵਾਨ। ਵੀਰ ਜੀ ਹੂਟਰ ਦੀ ਮਾੜੀ ਜੀ ਆਵਾਜ਼ ਘੱਟ ਕਰ, ਸਾਊਂਡ ਆਪਰੇਟਰ ਹੂਟਰ ਦੀ ਆਵਾਜ਼ ਮਾੜੀ ਜੀ ਘੱਟ ਕਰੀ। ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਰਵੀ ਜਿੱਥੇ ਦੇ ਪਿੰਦਰ ਵਰਗੇ ਮੇਰੇ ਵੀਰ ਦੁਨਾਲੀ ਵਰਗੇ, ਲਓ ਉਸੇ ਪਿੰਡ ਦਾ ਆਹ ਨੌਜਵਾਨ ਚਮਿਆਰੇ ਪਿੰਡ ਦਾ ਰਵੀ ਕਬੱਡੀ ਪਾ ਰਿਹਾ। ਲਓ ਜਿੰਦਰ ਇਹ ਨੌਜਵਾਨ, ਪਰ ਪੁਆਇੰਟ ਇਸ ਨੌਜਵਾਨ ਦੇ ਰਵੀ ਦੇ ਹਿੱਸੇ ਜੁੜ ਗਿਆ, ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਹੈ ਇਸ ਨੌਜਵਾਨ ਨੇ। ਲਓ ਅਗਲੀ ਕਬੱਡੀ ਰਮਨ ਭੁਲੱਥ, ਰਮਨ ਭੁਲੱਥ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ। ਲਓ ਰਮਨ ਦੀ ਕਬੱਡੀ ਹੈ, ਐਨ ਕਹਿੰਦੇ ਵੀ ਗੱਜ ਚੌੜੀ ਛਾਤੀ ਆ, ਥੱਬਾ ਥੱਬਾ ਦੇ ਪੱਟ ਹੈ। ਇਹ ਜੋ ਭੁਲੱਥ ਹੈ ਇਹ ਬੋਪਰ ਆ, ਇਹ ਭੁਲੱਥ ਹੈ ਜੋ ਭੋਗਪੁਰ ਟਾਂਡੇ ਦਾ ਏਰੀਆ ਮੇਰੇ ਵੀਰੋ। ਲਓ ਇਧਰਲੀ ਸਾਈਡ ਆ, ਇਹ ਜੋ ਪੁਆਇੰਟ ਹੈ, ਇਹ ਜੋ ਅੰਕ ਹੈ, ਇਹ ਅੰਕ ਰਮਨ ਦੀ ਟੀਮ ਦੇ ਹਿੱਸੇ ਹੈ। ਇਸ ਨੌਜਵਾਨ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ, ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ। ਲਓ ਅਗਲੀ ਕਬੱਡੀ ਮਨਦੀਪ ਨੌਜਵਾਨ ਪਾ ਰਿਹਾ, ਸੋਖਾ ਬਿੱਲੀ ਪੁੱਲਰ ਪਰਲੀ ਸਾਈਡ ਹੈ, ਨਾਲ ਹੀ ਬੂਟਾ ਨਾਲ ਹੀ ਜਿੰਦਰ ਵਰਗੇ ਹੈ, ਪਰ ਮਨਦੀਪ ਨੇ ਪੁਆਇੰਟ
अपनी टीम के हिस्से जोड़ लिया है। इस नौजवान मनदीप ने अपनी टीम के हिस्से एक होर अंक का वाधा कर दिता है। लो अगली कबड्डी मेरे वीरो शीरा खेड मैदान दे विच इस वेले बाहूपुर का जिथे का बिंदी बाहूपुर या कबड्डी का स्टार होया उस पिंड का मेरे वीरो आ नौजवान शीरा बाहूपुरिया पत्तर कला कबड्डी क्लब के वास्ते कबड्डी पा रहा है। लो शीरे की पाई हुई कबड्डी ते केशी नौजवान एक केशी गाखलां दा जिथे का मन ही गाखल होया मेरे वीरो मन ही गाखल वर्गे कबड्डी के महान खिडारी पैदा किए जिस गाखल नगर ने उस नगर का यह नौजवान केशी है। लो पॉइंट पर इस नौजवान तावी के हिस्से है ये पॉइंट पत्तर कला की टीम के हिस्से जुड़ गया है कि रण जूझण लई गभरू हो गए तैयार विच मैदान दे ऐसे निकले जैसे चढ़े शाह सवार चढ़ चढ़ हमले करनगे जैसे सूरमे बलवान लो चेहरे ऐसे चमकते जैसे बिजली विच समान। लो पॉइंट इस नौजवान के हिस्से है ये नौजवान अपनी टीम के हिस्से सोनू पेटा अपनी टीम के हिस्से दुग्गा की टीम के हिस्से जोड़ दिता है। लो नौजवान चरणजीत डडविंडी ये राजे चकराले का वीर है डडविंडी डडविंडी वालों खेड़दा खेड़दा अक्सर ही डडविंडी करके जाने जाता है। लो चरणजीत डडविंडी इस वेले खेड मैदान में कबड्डी पा रहा है। लो उधर प्रीत है राणीपुरिया प्रीत है फगवाड़े का एरिया लो देख रहे खेड मैदान में प्रीत राणीपुरिया टकर का प्रयास कर रहा है नौजवान। लो जो पॉइंट है ये नौजवान चरणजीत डडविंडी एन नौजवान हाथ नहीं टिकन दिता एन पूरा फिट शरीर है एन कमाया होया जोसा है एन पाले जलाल वांगू रैंडी ओटर वाला टाइटू खड़वाया होया इस नौजवान ने भी अपनी पिठ के उत्ते। लो अगली कबड्डी खेड मैदान में रवि चमियारे का और पॉइंट दुग्गा की टीम के हिस्से है। लो अगली कबड्डी मुन्ना खेड मैदान पाउण वास्ते खोजेवाल पिंड है जदों जलंधर तो कपूरथले जाने रास्ते में खोजेवाल नगर आता है उस ही खोजेवाल का मुन्ना खेड मैदान पत्तर कलां कबड्डी क्लब के वास्ते कबड्डी पा रहा। लो देखो प्रीत ढकण का प्रयास करता हुआ पर पॉइंट ये पत्तर कलां की टीम के हिस्से है। लो अगली कबड्डी के रखते ने पहला यह जाफी ताड़ के फिर तुरदे हंधिया तो थापी मार के जदों करदे चढ़ाइए यह हिक ताण के रण तत्ते विच जूझदे दलेर की तरह लोको करदे हमला शेर की तरह। लो शेर का हमला उधर भी बबर शेर टकरिया। लो देखो सरदार नरेंद्र सिंह पंच उद्दोवाल जिहड़ा पुत्र है एन कहिंदे वी मैदपुर तो जदों परजियां नूं जाने आ रब च उद्दोवाल का गेट आउंदा ये उद्दोवाल का नौजवान है नरेंद्र सिंह पंच का पुत्र है एन कहिंदे वी बुलंदपुरी गुरद्वारा साहब के बिल्कुल सामने जो नगर है वह सा नौजवान बिक्की का नगर है। लो अगली कबड्डी नौजवान रमन पुलथ रमन बोपा राय पुलथा ना मेरी वीरो एक बोपा राय नकोदर के लागे है एक जिले लुधियाने में है एक बोपा राव भोगपुर टांडे के लागे है जिथे आ नौजवान बोपा राय पुलथा का पॉइंट अपनी टीम के हिस्से जुड़ता हुआ है। जो अगला मैच होना है कलविंदर वीर कलविंदर वीर तेरे कोल है जिला प्रधान साहब करो अनाउंस ठीक है। हेलो अगले मैच के लिए बाबा मुराद शाह कबड्डी क्लब नकोदर ते सुरखपुर ये दोनों टीम अगले मैच के लिए तैयार रहन। घुमाणा वर्सेज रुड़की का तीजा मैच सरगणा वर्सेज बाबा सुखचैन दास कबड्डी क्लब शाहकोट का चौथा मैच सॉरी घुमाणा वर्सेज रुड़की का तीजा मैच समराला वर्सेज बाबा सुखचैन दास कबड्डी क्लब शाहकोट का चौथा मैच दूजे मैच के लिए बाबा मुराद शाह कबड्डी क्लब नकोदर ते सुरखपुर दी टीमां ग्राउंड दे आ जाण। सुरखपुर ते नकोदर जंड नूं बेनती है बाबा मुराद शाह कबड्डी क्लब नकोदर ये जंड की टीम है अते सुरखपुर पंडित जे उन्हां दा कोच पुज्जे है उन्हों बेनती है जंड ते पंडित नूं भी अपनियां टीमां नूं लै आओ खेड मैदान दे विच जो अगला मैच होना है। कलविंदर वीर जी डाक्टर साहब हैगा तां भेजो नौजवान प्रीत दे सट वजी है गल ते प्रीत सिंह अज उठ के मेरा वीर शेर बाणो सुणिया हल्कियां फुल्कियां सट्टां बज जांदियां इह पंजाबियां दी खेड कबड्डी है पर मेरे वीरो सच्चे पातशाह वाहिगुरु मेहर करे किसी के मां के बली योधे नूं इन्हां खेड मैदानां विच धरती बाह ना लगे। ऐ नौजवान प्रीत राणीपुरिया अपने नौजवान अख के थले सट महसूस कर रहा लगता गोडा लगा
लो कोई गल नहीं, सच्चे पातशाह वाहिगुरु मेहर करेगा। लो अगली कबड्डी चरणजीत डटविंडी का, ये डटविंडी जिले कपूरथले का, लो पर यह नौजवान खेडता डटविंडी वालों, इस करके पिंड चकराला। लो देखो खेड मैदान के इस वेले कबड्डी पा रहा जब्बो सुधार, सॉरी जब्बो सुधार, ये राजे जब्बो का वीर है। लो राजा जब्बो का वीर है, राजा जब्बो सुधार पुजिया हुआ है खेड मैदान के। लो अगली कबड्डी, अगलिया टीमों भी बेनती है सुरखपुर ते नकोदर टीम तैयार होके जल्दी खेड मैदान के लागे आ जाना। लो इधरली साइड आप देखते भी आ नौजवान बूटा है सोल जगीर के खेड मेले में, इस नौजवान का बुलेट मोटरसाइकिल सन्मान होया है। ये नौजवान बूटा सोल है, सोल जगीर वाला। लो पॉइंट आ इस नौजवान ने पत्तड़ कलां की टीम के हिस्से, बूटे सोल ने मेरे भीर जोड़ दिता है। तलविंदर वीर प्रधान साहब, प्रधान साहब जी डॉक्टर परमजीत सिंह जी फास्ट एड वास्ते भेजो डॉक्टर नूं खेड मैदान में। लो अगली कबड्डी खोजे वालिया मुन्ना पा रहा है। लो उधरली साइड आ कि जो पॉइंट है, लै भी अमन इस जाफी का भी दसी ना मैनू मखण, मखण बहुत वधिया जाफी है, नवा प्लेयर है, आने वाले समय का सोने जे इसे तरह जफे लगे तो फिर हर एक कमेंटर तेरी सिफत करेगा। यह नौजवान मखण वधिया खिडारी है, यह नौजवान 70 किलो खेडता खेडता लगता क्लबा में सीधा ही शॉर्टकट मारिया है। लो इधरली साइड है कुहाड़ है, कुहाड़ नौजवान है, पर जो पॉइंट है ये सोनू भेटा ने मेरे भीरों जोड़ लिया है अपनी टीम के वास्ते। लो अगली कबड्डी, एन अथरा जिहा शकीन नौजवान है, एन कमाया होया जुस्सा है कि चढ़ गई जवानी अथरी जी जट ते, पौंदा एक कबड्डी थापी मार पटते, खेड के मैदान जो ये बुकदा वेख वेख साह फिर जापिया का सुकदा, पब रखे जो मैदाने धूड़ अंबरी चढ़े, वड्डे वड्डे सूर में भी पानी मंगदे भी जिते हो जाइए खड़े, भाई वड्डे वड्डे सूर में भी पानी मंगदे जिते हो जाइए खड़े। कलविंदर वीर फास्ट एड वास्ते डॉक्टर साहब नूं भेजो, जां मैं प्रीत नूं भेज देवां इधरली साइड, वीर जी तू चल जा, आ रहा डॉक्टर। सो डॉक्टर साहब जी फास्ट एड दीआं सेवावां लैके आओ खेड मैदान विच। लो बूटे सोल का जप्पा, वाह बूटे है, यह है नौजवान बूटा सोल, इस वेले खेड मैदान के जो पॉइंट है बूटे सोल ने जोड़े है अपनी टीम के वास्ते। लो अगली कबड्डी, अज मेरे भीरों पंजाबियों की मां खेड कबड्डी लखां तो करोड़ों की खेड बन गई है, फिर करोड़ हुण 2 करोड़, जदों 2 हो गया समझ लो अरब दे राह पै गई कबड्डी। एक बार खेड कबड्डी के नाम से ताड़ी मारो जोरदार, जी करोड़ों की खेड बन गई है पंजाबियों की मां खेड कबड्डी, अज करोड़ों की खेड बन गई। बालीवाल का अगला मैच जगदेव कलां बरसी साकरा हरियाणा, जगदेव कलां बरसी साकरा हरियाणा, दोनों टीमों को बेनती है भी जल्दी तो जल्दी ग्राउंड के नजदीक पहुंचन, जगदेव कलां बरसी साकरा हरियाणा। लो तकड़ा प्रयास किया मुंडे ने, पर नौजवान ये जो अंक है ये बाहूपुरी है शीरे ने मेरे भी जो पत्तड़ कला की टीम के वास्ते जोड़ दिता है। लो अपनी टीम के हिस्से जोड़ता हुआ एक होर अंक का वाधा कर दिता है। अज जो खेड कबड्डी मेरे भी जो करोड़ों की खेड बन गई है, ये पैसे की खेड बन गई है। अज खिडारी भी बाहरले मुल्कों च घूमते हैं, टॉप टॉप के ब्रांड पाते हैं कि अथर है शकीन मुंडे बाल ही एक घंटा, पौमा रीव और कनाइकी पाते टॉप के ब्रांड आ, चढ़ते बुलेट लाके ऐनक रमानी, इन्हां दी तां खेडदी यारो अज दुनिया दवानी, गुट फड़ फड़ कैंचियां जो छड्डी जांदे आ, कंडे डालरां वाले भी उही कढ़ी जांदे आ, डौलियां दे उत्ते टाइटू वाले ही हसीन है। लो कबड्डी दे स्टार हुण नोटां दी मशीन है, लो नोटां दी मशीन है, क्योंकि एक एक सैकंड में लख लख रुपया, तीह तीह सैकंडा में लख लख रुपया कमाउण वाले। लो इस वेले डडविंडी पिंड दा खेड मैदान विच, लो ये जो पॉइंट है अपनी टीम पत्तड़ हिस्से जुड़ता हुआ, चरणजीत अपनी टीम के हिस्से, एक होर अंक का पत्तड़ कलां की टीम के हिस्से। राजे जब्बो सदारिए का वीर है, पिंड जब्बो सदार है, पर यह नौजवान डडविंडी वालों खेडता खेडता चरणजीत डडविंडी करके जाने जाता है। लो अगली कबड्डी, इस वेले नौजवान सोनू, सोनू भेटा पिंड का, जिथे दे मेरे भी जो चन्ने भेटे दुनिया जानती है, मनी भेटा दुनिया जानती है, मनप्रीत भेटा वर्गे लो खिडारी है, उद्दो वालिए नरेंद्र सिंह साबका सरपंच हुण मौजूदा पंच का पुत्र उद्दो वालिए बिकी है। लो पर पॉइंट आ इस नौजवान सोनू भेटा के हिस्से जुड़ता हुआ है, एक होर अंक का वाधा कर दिता है। आ जो नौजवान है जो हॉलैंड के खेड मैदान के उत्ते बोलण का मौका मिले है,
ਐਮਸਟਰਮ ਕਬੱਡੀ ਕੱਪ ਵਿੱਚ ਜਦੋਂ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ ਜੱਗੇ ਖੋਜੇ ਵਾਲੀਏ ਨੇ ਆਹ ਨੌਜਵਾਨ ਦਾ ਪਿੰਡ ਹੋਇਆ ਜੱਗਾ ਖੋਜੇ ਵਾਲੀਆ ਬਲਵੀਰ ਸਿੰਘ ਸੰਘਾ ਹੋਲੈਂਡ ਪਿੰਡ ਮਹਿਮਾ ਵਾਲੇ ਜਿਨ੍ਹਾਂ ਨੇ ਹੋਲੈਂਡ ਦੇ ਖੇਡ ਮੈਦਾਨਾਂ ਵਿੱਚ ਪਹਿਲੀ ਵਾਰ ਬੋਲਣ ਦਾ ਮੌਕਾ ਦਿੱਤਾ ਲਓ ਇਹ ਨੌਜਵਾਨ ਮੁੰਨਾ ਖੋਜੇ ਵਾਲੀਆ ਇਹ ਜੋ ਪੁਆਇੰਟ ਹੈ ਇਹ ਜੋ ਅੰਕ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਪ੍ਰਦੀਪ ਸਾਡਾ ਵੀਰ ਵੀ ਪੁੱਜ ਗਿਆ ਪ੍ਰਦੀਪ ਟਹਿਣਾ ਸਾਡੇ ਵੀਰ ਦਾ ਹੈਪੀ ਸਿੱਧੂ ਹੋਣਾ ਦਾ ਵੀ ਧੰਨਵਾਦ ਹੈ ਸਾਡਾ ਪ੍ਰਦੀਪ ਵੀਰ ਪੁੱਜਿਆ ਕਬੱਡੀ 365.com ਪਹਿਲੀ ਸਾਈਟ ਮੇਰੇ ਵੀਰੋ ਜਿਹਨੇ ਪਹਿਲਾਂ ਲਾਈਵ ਕਬੱਡੀ ਦਿਖਾਈ ਸਾਡੇ ਪ੍ਰਦੀਪ ਵੀਰ ਨੇ ਦਿਖਾਈ ਸੁੱਚਾ ਸਿੰਘ ਜੀ ਦੱਸਿਓ ਪੁਆਇੰਟ ਕਿੱਧਰ ਗਿਆ ਠੀਕ ਹੈ ਜੀ ਪੱਤੜ ਕਲਾਂ ਦੇ ਹਿੱਸੇ ਹੈ ਇਹ ਬਖਸ਼ਿਸ਼ ਆ ਪੱਤੜ ਬਾਬਾ ਫੰਗੂੜਾ ਕਬੱਡੀ ਕਲੱਬ ਪੱਤੜ ਕਲਾਂ ਦੀ ਟੀਮ ਦੇ ਪੁਆਇੰਟ ਹੈ ਚਲੋ ਰਮਨ ਰਮਨ ਭੁਲਾਥਾ ਬੋਪਾ ਰਾਏ ਭੋਗਪੁਰ ਟਾਂਡਾ ਨਾਲ ਹੀ ਬੋਪਾ ਰਾਏ ਨਾਲ ਹੀ ਭੁਲਾਥਾ ਲਓ ਭੁਲਾਥਾ ਦਾ ਇਸ ਵੇਲੇ ਰਮਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਰਮਨ ਦੀ ਕਬੱਡੀ 'ਤੇ ਡੱਕਣ ਦਾ ਪ੍ਰਯਾਸ ਹੈ ਪੁਆਇੰਟ ਆ ਪੱਤੜ ਕਲਾਂ ਦੀ ਟੀਮ ਦੇ ਹਿੱਸੇ ਹੈ ਲਓ ਖੂਬਸੂਰਤ ਪੁਆਇੰਟ ਆ ਇਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਕਿ ਢੋਲ ਵੱਜਿਆ ਕੱਪ ਦਾ ਐਲਾਨ ਹੋਇਆ ਚੋਬਰ ਆਪਣੇ ਜੁੱਸੇ ਚਮਕਾਉਣ ਲੱਗੇ ਦੂਰ ਦੂਰ ਤੱਕ ਪਹੁੰਚ ਗਈਆਂ ਖਬਰਾਂ ਦਰਸ਼ਕ ਮੈਦਾਨ ਦੀ ਸ਼ੋਭਾ ਵਧਾਉਣ ਲੱਗੇ ਕੋਈ ਆਖਦਾ ਭਿੜਨਗੇ ਸਾਹ ਇੱਥੇ ਆਪਸ ਵਿੱਚ ਨੇ ਸ਼ਰਤਾਂ ਲਾਉਣ ਲੱਗੇ ਪਰ ਗੱਭਰੂ ਪੁੱਤ ਪੰਜਾਬ ਦੇ ਸ਼ੈਲ ਬਾਂਕੇ ਵਿੱਚ ਮੈਦਾਨ ਦੇ ਕਬੱਡੀਆਂ ਪਾਉਣ ਲੱਗੇ ਬੂਟਾ ਸੋਲ ਜਗੀਰਦਾਰ ਮੇਰੇ ਵੀਰਿਓ ਵਾਹ ਬੂਟਿਆ ਐਨ ਨੌਜਵਾਨ ਨੇ ਸਵਾਦ ਕਰਤਾ ਮੇਰੇ ਵੀਰਿਓ ਇਹ ਜੋ ਪੁਆਇੰਟ ਹੈ ਸੋਲ ਜਗੀਰ ਦੇ ਬੂਟੇ ਨੇ ਜੋੜਿਆ ਐਵੇਂ ਨਹੀਂ ਸੋਲ ਜਗੀਰ ਦੇ ਕਬੱਡੀ ਕੱਪ 'ਤੇ ਜਿੱਥੇ ਸਰਦਾਰ ਬਖਤਾਵਰ ਸਿੰਘ ਜੀ USA ਵਾਲਿਆਂ ਨੇ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਇਸ ਨੌਜਵਾਨ ਦਾ ਪਿਛਲੇ ਸਾਲ ਹੀ ਸੋਲ ਜਗੀਰ ਦੇ ਕਬੱਡੀ ਕੱਪ 'ਤੇ ਬਖਤਾਵਰ ਸਿੰਘ ਜੀ USA ਵਾਲਿਆਂ ਵੱਲੋਂ ਵੱਡੇ ਮਾਨ ਸੋਲ ਜਗੀਰ ਦੇ ਬੂਟੇ ਨੂੰ ਦਿੱਤੇ ਗਏ ਹੈ ਲਓ ਅਗਲੀ ਕਬੱਡੀ ਜਿੱਥੇ ਦਾ ਬਿੰਦੀ ਬਾਹੂਪੁਰੀਆ ਮੇਰੇ ਵੀਰੋ ਕਬੱਡੀ ਦਾ ਸਟਾਰ ਹੋਇਆ ਹੈ ਉਸੇ ਨਗਰ ਦਾ ਆਹ ਨੌਜਵਾਨ ਸ਼ੀਰਾ ਬਾਹੂਪੁਰੀਆ ਉਰਲੀ ਸਾਈਡ ਮੈਂ ਵੇਖਦਾ ਵੀ ਨੌਜਵਾਨ ਕੇਸ਼ਾ ਗਾਖਲਾ ਪਿੰਡ ਦਾ ਲਓ ਨਾਲ ਹੀ ਆਹ ਜੋ ਨੌਜਵਾਨ ਹੈ ਪਰ ਪੁਆਇੰਟ ਆ ਸ਼ੀਰਾ ਬਾਹੂਪੁਰੀਆ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਵਾਸਤੇ ਇਸ ਨੌਜਵਾਨ ਨੇ ਅਗਲੀਆਂ ਟੀਮਾਂ ਬਾਬਾ ਮੁਰਾਦ ਸ਼ਾਹ ਜੀ ਕਬੱਡੀ ਕਲੱਬ ਨਕੋਦਰ ਅਤੇ ਸੁਰਖਪੁਰ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ ਜੋ ਅਗਲਾ ਮੈਚ ਖੇਡਿਆ ਜਾਣਾ ਹੈ ਦੋਹਾਂ ਟੀਮਾਂ ਨੂੰ ਬੇਨਤੀ ਹੈ ਆ ਜੋ ਨੌਜਵਾਨ ਮੇਰੇ ਵੀਰੋ ਕਬੱਡੀ ਪਾਉਣ ਚੱਲਿਆ ਲਓ ਦੇਖੋ ਤੂਤ ਦੇ ਮੋਛਿਆਂ ਵਰਗੇ ਡੌਲੇ ਹੈ ਐਨ ਰੈਡੀਓਟਰ ਦੀ ਪਿਛੇ ਟਾਈਟੂ ਖੜਵਾਇਆ ਹੋਇਆ ਕਿ ਖੜਵਾਇਆ ਕਿਸੇ ਨੇ ਸਿੱਖੀ ਦਾ ਨਿਸ਼ਾਨ ਖੰਡਾ ਕਿਧਰੇ ਬਾਜ ਉਡਾਰੀਆਂ ਚੱਕਦਾ ਏ ਫੋਟੋ ਕਿਸੇ ਖੜਵਾਈ ਯਾਰ ਵਾਲੀ ਮੋਇਆ ਜੀ ਕਿਸੇ ਦੇ ਮੋਢੇ ਤੇ ਹੱਸਦਾ ਏ ਭਦੌੜ ਵਾਲਿਆ ਸ਼ਕੀਨ ਨੇ ਟਾਈਟੂਆਂ ਦੇ ਚਿੱਤਰ ਕਿਸੇ ਦੇ ਡੌਲੇ ਤੇ ਸੱਪਦਾ ਏ ਕਿਸੇ ਨੇ ਸੱਪ ਦੀ ਫੋਟੋ ਖੜਵਾਈ ਹੈ ਲਓ ਚਰਜੀ ਡਡਵਿੰਡੀ ਇਹ ਜੋ ਪੁਆਇੰਟ ਇਹ ਜੋ ਅੰਕ ਹੈ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ ਅਗਲੀਆਂ ਟੀਮਾਂ ਸੁਰਖਪੁਰ ਕਬੱਡੀ ਕਲੱਬ ਅਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਇਹ ਵੀ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਗੁਰੂ ਹਰ ਰਾਏ ਸਾਹਿਬ ਕਬੱਡੀ ਕਲੱਬ ਦੁੱਗਾ ਦੀ ਟੀਮ ਦੇ ਸਾਡੇ 12 ਪੁਆਇੰਟ ਹੈ ਔਰ ਬਾਬਾ ਫੰਗੂੜਾ ਸਾਹਿਬ ਕਬੱਡੀ ਕਲੱਬ ਪੱਤਰ ਕਲਾਂ ਦੀ ਟੀਮ ਦੇ 20 ਪੁਆਇੰਟ ਹੈ ਜਿਹੜੀ ਟੀਮ ਮੇਰੇ ਸੱਜੇ ਹੱਥ ਖੇਡ ਰਹੀ ਸੀ ਇਹਦੇ 20 ਪੁਆਇੰਟ ਹੈ ਔਰ ਜਿਹੜੀ ਮੇਰੇ ਖੱਬੇ ਹੱਥ ਖੇਡ ਰਹੀ ਸੀ ਦੁੱਗਾ ਇਹਦੇ ਸਾਡੇ 12 ਔਰ 20 ਅਗਲੀਆਂ ਟੀਮਾਂ ਜਲਦੀ ਆ ਜਾਣ ਖੇਡ ਮੈਦਾਨ ਦੇ ਵਿੱਚ ਕਿਉਂਕਿ ਹਾਫ ਸਮਾਂ ਹੋ ਚੁੱਕੀ ਹੈ ਇਸ ਮੁਕਾਬਲੇ ਦਾ ਸੋ ਜਲਦੀ ਅਗਲੀਆਂ ਟੀਮਾਂ ਖੇਡ ਮੈਦਾਨ ਵਿੱਚ ਆ ਜਾਣ ਚੜ੍ਹਦੀ ਕਲਾ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਦਾ ਸਰਪੰਚ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਨਗਰ ਨਿਵਾਸੀ NRI ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਵੱਡੇ ਸਹਿਯੋਗ ਹੈ ਮੇਰੇ ਵੀਰੋ ਇਸ ਕਬੱਡੀ ਕੱਪ ਦੇ ਵਾਸਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਲਓ ਇਸ ਵੇਲੇ ਨੌਜਵਾਨ ਖੋਜੇ ਵਾਲੀਆ ਮੁੰਨਾ ਕਬੱਡੀ ਪਾ ਰਿਹਾ ਇਹ ਕਬੱਡੀ ਵਿੱਚ ਮੇਰੇ ਵੀਰੋ ਜੋ ਨਿੱਕਨੇਮ ਹੈ ਇਹ ਮਸ਼ਹੂਰ ਹੋ ਜਾਂਦੇ ਆ ਇਸ ਨੂੰ ਨਿੱਕਨੇਮ ਮੁੰਨਾ ਕਰਕੇ ਜਾਣਿਆ ਜਾਂਦਾ ਲਓ ਕਬੱਡੀ ਦਾ ਇਹ ਨੌਜਵਾਨ ਇਹ ਆਉਣ ਵਾਲੇ ਸਮੇਂ ਦਾ ਸਟਾਰ ਹੈ ਸੋਹਣੀਆਂ ਕਬੱਡੀਆਂ ਪਾਉਂਦਾ ਹੈ ਪੁਆਇੰਟ ਪੱਤੜ ਕਲਾਂ ਦੀ ਟੀਮ ਦੇ ਹਿੱਸੇ ਹੈ ਸੁਰਖਪੁਰ ਅਤੇ ਨਕੋਦਰ ਆ ਜਾਣ ਟੀਮਾਂ ਜਲਦੀ ਖੇਡ ਮੈਦਾਨ ਵਿੱਚ ਲਓ ਅਗਲੀ ਕਬੱਡੀ ਚੜ੍ਹਦੀ ਜੀ ਵਰੇਸ ਵਾਲਾ ਨੌਜਵਾਨ ਪਾ ਰਿਹਾ ਕਿ ਹੁੰਦੀ ਜਾਂਦੀ ਅਖਮਸਤਾਨੀ ਹੈ ਹੁਣੇ ਹੁਣੇ ਚੜ੍ਹੀ ਜਵਾਨੀ ਹੈ ਉਸ ਤਾਦਾਂ ਤੋਂ ਗੁਰ ਪਾਉਣੇ ਆ ਜਿੰਮਾਂ ਵਿੱਚ ਮਿਹਨਤਾਂ ਲਾਉਣੇ ਆ ਵਿੱਚ ਕੰਪਨ ਮੇਰੇ ਸੀਨੇ ਦੇ ਇਮਤਿਹਾਨ ਦੇ ਵਿੱਚ ਹਾਂ ਅਸੀਂ ਖਿੱਚੇ ਤੀਰ ਹਾਂ ਪਰ ਅਜੇ ਕਮਾਨ ਦੇ ਵਿੱਚ ਹਾਂ ਅਸੀਂ ਖਿੱਚੇ ਤੀਰ ਹਾਂ ਪਰ ਅਜੇ ਕਮਾਨ ਦੇ ਵਿੱਚ ਹਾਂ
ਇਹ ਜਦੋਂ ਕਮਾਨੋ ਤੀਰ ਨਿਕਲਣਗੇ ਫਿਰ ਮੇਰੇ ਵੀਰੋ ਗੱਲ ਵੱਖਰੀ ਹੋਣੀ ਹੈ। ਲਓ ਰਮਨ ਭੁਲੱਥਾਂ ਦਾ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਵਿੱਚ ਪਾਉਣ ਵਾਸਤੇ ਅੱਗੇ ਨੂੰ ਵੱਧ ਚੁੱਕੇ ਹੈ ਰਮਨ ਭੁਲੱਥ। ਰਮਨ ਭੁਲੱਥ ਕਿ ਥਰ ਥਰ ਕੰਬਦੀ ਧਰਤੀ ਜਦੋਂ ਕਬੱਡੀ ਪਾਉਂਦੇ ਨੇ ਕਈ ਜਾਫੀ ਤਾਂ ਅੰਬਰੋਂ ਉੱਡਦੇ ਪੰਛੀ ਲਾਉਂਦੇ ਨੇ ਵਿੱਚ ਵਿਦੇਸ਼ਾ ਝੰਡੇ ਚੁੱਲਣ ਉੱਚੀਆਂ ਸ਼ਾਨਾਂ ਤੇ ਜਿੱਧਰ ਦੀ ਵੀ ਲੰਘਣ ਚਰਚੇ ਹੁਣ ਤੂਫਾਨਾਂ ਦੇ। ਹਾਂਜੀ ਪ੍ਰਧਾਨ ਪਰਮਜੀਤ ਸਿੰਘ ਜੀ ਦਸਾਂਝ ਸਾਹਿਬ, ਹਾਂਜੀ ਮੈਂ ਟੂ ਸਟੇਜ ਬੇਨਤੀ ਕਰਦੇ ਹਾਂ ਕਲੀ ਪਾਉਣ ਵਾਲੇ ਵੀਰ ਨੂੰ, ਉਹ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਉਹ ਇੱਕ ਵਾਰ ਗਰਾਊਂਡ ਦੇ ਵਿੱਚ ਆ ਕੇ ਕਲੀ ਇਹਨੂੰ ਪਾ ਜਾਵੇ। ਕਲੀ ਪਾਉਣ ਵਾਲਾ ਵੀਰ ਇੱਕ ਵਾਰੀ ਆ ਕੇ ਕਲੀ ਪਾ ਜਾਵੇ। ਲਓ ਸੁੱਚਾ ਸਿੰਘ ਜੀ, ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡੂ ਹੈ, ਖੜਗੜ ਕਲਾਂ ਪਿੰਡ ਹੈ ਜਿੱਥੇ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਏ ਹੈ। ਕਿ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇ ਹੈ। ਇਹਨਾਂ ਦਾ ਵੀ ਖੜਗੜ ਕਲਾਂ ਪਿੰਡ ਹੈ। ਲਓ ਉਧਰਲੀ ਸਾਈਡ ਮੈਂ ਦੇਖਦਾ ਵੀ ਸਾਡਾ ਵੀਰ ਅਨੰਦਪੁਰ ਸਾਹਿਬ ਦੀ ਧਰਤੀ ਦਾ ਜੋ ਇਧਰਲੀ ਸਾਈਡੋਂ ਪੈਰ ਹੈ, ਨਾਲ ਹੀ ਮੁਕੰਦਪੁਰੀਆ ਬਿੱਟੂ ਜੋ ਸਟੋਪ ਆਈ ਦੀ ਆਪਣੀਆਂ ਸੇਵਾਵਾਂ ਦੇ ਰਿਹਾ, ਇਹਨਾਂ ਤਿੰਨਾਂ ਉਪੈਰ ਸੇਵਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕਿ ਪਵਾਦੜਿਆਂ ਦੇ ਕਬੱਡੀ ਕੱਪ ਦੀ ਯਾਰੋ ਫੁੱਲ ਚੜ੍ਹਾਈ ਹੈ, ਅੱਜ ਦੂਰੋਂ ਦੂਰੋਂ ਦੇਖਣ ਇਸ ਨੂੰ ਦੁਨੀਆ ਆਈ ਹੈ। ਅੱਜ ਅਖਾੜੇ ਵਿੱਚ ਦੇਖੋਗੇ ਤੁਸੀਂ ਯੌਰ ਜਵਾਨਾਂ ਦੇ, ਲਓ ਸਦਾ ਸੂਰਮੇ ਪਰਖੇ ਜਾਂਦੇ ਵਿੱਚ ਮੈਦਾਨਾਂ ਦੇ। ਆਹ ਬਲਕਾਰ ਹੈ, ਇੱਕ ਬਲਕਾਰਾ ਸ਼ਿਕਾਰ ਮਾਸ਼ੀ ਹੈ, ਵੇਵ ਲੀਗ ਵਿੱਚ ਤੁਸੀਂ ਖੇਡਦਾ ਦੇਖਿਆ ਸੋਨੀ ਸਿਕਸ ਚੈਨਲ 'ਤੇ। ਇਹ ਜੌਲਾ ਪਿੰਡ ਦਾ ਬਲਕਾਰ ਆ, ਇਸ ਵੇਲੇ ਇਹ ਜੋ ਪੁਆਇੰਟ ਹੈ, ਇਹ ਜੋ ਅੰਕ ਹੈ, ਇਹ ਬਲਕਾਰੇ ਨੇ ਮੇਰੀ ਵੀਰੋ ਆਪਣੀ ਟੀਮ ਦੇ ਹਿੱਸੇ ਜੋੜ ਲਿਆ। ਸੋਖਾ ਬਿੱਲੀ ਭੁੱਲਰ ਦਾ, ਦੋ ਸਕੇ ਵੀਰ ਕਬੱਡੀ ਖੇਡਦੇ ਆ, ਇੱਕ ਕੀਪਾ ਬਿੱਲੀ ਭੁੱਲਰ ਜਿੱਥੇ ਦਾ ਯੋਧਾ ਬਿੱਲੀ ਭੁੱਲਰ ਦਾ ਹੋਇਆ, ਇੱਕ ਸੋਖਾ ਬਿੱਲੀ ਭੁੱਲਰ, ਇੱਕ ਕੀਪਾ ਬਿੱਲੀ ਭੁੱਲਰ, ਦੋ ਸਕੇ ਵੀਰ ਹੈ, ਛੋਟਾ ਕੀਪਾ ਵੱਡਾ ਸੋਖਾ ਹੈ। ਇਹ ਨੌਜਵਾਨ ਪੁਆਇੰਟ ਸੋਖਾ ਬਿੱਲੀ ਭੁੱਲਰ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਇੱਕ ਹੋਰ ਅੰਕ ਦਾ ਵਾਅਦਾ ਕਰ ਦਿੱਤਾ ਆਪਣੀ ਟੀਮ ਦੇ ਵਾਸਤੇ। ਲਓ ਗਲੀ ਕਬੱਡੀ ਮੁੰਨੇ ਦੀ ਹੈ, ਕਿ ਥਾਪੀ ਮਾਰ ਕੇ ਕਬੱਡੀ ਜਦੋਂ ਪਾਉਂਦੇ ਨੇ ਫਿਰ ਦੁਨੀਆਂ ਨੂੰ ਕੀਲ ਕੇ ਬਿਠਾਉਂਦੇ ਨੇ, ਟੱਚ ਫੁਰਤੀ ਦਾ ਛੇਤੀ ਇਹ ਮਾਰ ਕੇ ਪਾਉਂਦੇ ਭੰਗੜਾ ਨਿਹੰਦਿਆਂ ਤੇ ਆ, ਉੱਡਣੇ ਸੱਪਾਂ ਨੂੰ ਜਿਹੜਾ ਨੱਪ ਲੈ ਕੋਈ ਵਿਰਲਾ ਹੈ ਪੁੱਤ ਜੱਟ ਦਾ। ਲਓ ਦੇਖਾਂਗੇ ਵੀ ਐਸ ਉੱਡਣੇ ਸੱਪ ਨੂੰ ਕਿਹੜਾ ਸੂਰਮਾ ਨੱਪਦਾ। ਲਓ ਪਰਲੀ ਸਾਈਡ ਕੁਹਾੜ ਹੈ, ਨਾਲ ਹੀ ਸੋਖਾ, ਨਾਲ ਹੀ ਮੈਂ ਵੇਖਦਾ ਵੀ ਉਰਲੀ ਸਾਈਡ ਬੂਟਾ ਸੋਲ ਜਗੀਰ ਪਿੰਡ ਦਾ। ਵਾਓ ਜਵਾਨਾ, ਬਾਬਾ ਸੋਹਣ ਸਿੰਘ ਜੰਪ ਰੁੜ ਕੇ ਦਾ, ਕਹਿੰਦੇ ਵੀ ਖੜੇ ਬੰਦੇ ਨੂੰ ਛਾਲ ਮਾਰ ਕੇ ਟੱਪ ਜਾਂਦਾ ਸੀ, ਉਹਦੇ ਬਾਅਦ ਸੋਨੂ ਜੰਪ, ਕਿ ਦੁੱਲੇ ਦਾ ਪੰਪ ਸੋਨੂ ਦਾ ਜੰਪ ਲੋਕਾਂ ਦੇ ਦਿਲ ਨੂੰ ਲੁੱਟਦੇ ਨੇ, ਕਾਲਵਾਂ ਦਾ ਗੁਰਵਿੰਦਰ ਤੇ ਦੌਧਰ ਦਾ ਬਰਿੰਦਰ ਢਾਬੀ ਪੁੱਠੇ ਕਰ ਕਰ ਸੁੱਟਦੇ ਨੇ, ਕਾਲਵਾਂ ਦਾ ਗੁਰਵਿੰਦਰ ਤੇ ਦੌਧਰ ਦਾ ਬਰਿੰਦਰ ਢਾਬੀ ਪੁੱਠੇ ਕਰ ਕਰ ਸੁੱਟਦੇ ਨੇ। ਲਓ ਨੌਜਵਾਨ ਨੇ ਜੰਪ ਮਾਰ ਕੇ ਪੁਆਇੰਟ ਜੋੜਿਆ ਆਪਣੀ ਟੀਮ ਦੇ ਹਿੱਸੇ ਵਾਸਤੇ, ਇੱਕ ਹੋਰ ਅੰਕ ਦਾ ਵਾਧਾ ਕਰ ਦਿੱਤਾ। ਲਓ ਅਗਲੀ ਕਬੱਡੀ ਰਮਨ ਹੈ, ਨੌਜਵਾਨ ਥੋੜ੍ਹਾ ਚੁੱਕਿਆ ਔਰ ਫਿਰ ਹਮਲਾ ਕਰ ਦਿੱਤਾ ਕਿ ਜੋ ਪੁਆਇੰਟ ਹੈ ਇਹ ਰਮਨ ਭੁਲੱਥਾ ਬਖਸ਼ੀਸ਼ ਪੱਤੜ ਦੀ ਟੀਮ ਦਾ, ਸਾਡਾ ਬਖਸ਼ੀਸ਼ ਪੱਤੜ ਆਪ ਵੀ ਤਕੜਾ ਕਬੱਡੀ ਦਾ ਖਿਡਾਰੀ ਰਿਹਾ, ਸਾਡਾ ਵੀਰ ਬਖਸ਼ੀਸ਼ ਪੱਤੜ ਪੁੱਜਿਆ ਹੋਇਆ, ਬਹੁਤ ਬਹੁਤ ਧੰਨਵਾਦ ਬਖਸ਼ੀਸ਼ ਪੱਤੜ ਦਾ, ਆਪ ਵੀ ਕਬੱਡੀ ਦਾ ਸਟਾਰ ਰਿਹਾ। ਲਓ ਹੁਣ ਇਹ ਨੌਜਵਾਨ ਇਸ ਟੀਮ ਦਾ ਕੋਚ ਹੈ, ਬਖਸ਼ੀਸ਼ ਪੱਤੜ ਵੀਰ ਦਾ ਧੰਨਵਾਦ ਹੈ। ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੀ ਵੀਰੋ, ਮੈਂ ਵੇਖਦਾ ਵੀ ਚਮਿਆਰੇ ਪਿੰਡ ਦਾ ਰਵੀ ਪਾ ਰਿਹਾ, ਰਵੀ ਦੀ ਕਬੱਡੀ ਹੈ, ਬਿੱਲੀ ਭੁੱਲਰ ਦਾ ਸੋਖਾ ਹੈ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ। ਸਰਦਾਰ ਸੋਹਣ ਸਿੰਘ ਜੀ ਯੂਕੇ ਵਾਲੇ ਮਾਣ ਕਰਦੇ ਆ ਇਸ ਪਲੇਅਰ 'ਤੇ, ਇਹ ਨੌਜਵਾਨ ਜਦੋਂ ਛਿੰਦੇ ਸ਼ੂ ਮੰਤਰ ਦੀ ਟੀਮ ਦੇ ਵਾਸਤੇ ਯੂਕੇ ਦੇ ਵਿੱਚ ਤਕੜਾ ਖੇਡਿਆ। ਲਓ ਕਮੈਂਟਰੀ ਦੀ ਟੀਮ ਦੇ ਵਾਸਤੇ ਵੀ ਖੇਡਿਆ, ਸੋਖਾ ਬਿੱਲੀ ਭੁੱਲਰ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ, ਚਾਲੋ ਸ਼ੀਰਾ, ਸ਼ੀਰਾ ਸੰਮੀਪੁਰੀ ਆ ਮੇਰੀ ਵੀਰੋ, ਜੋ ਅਨੰਦਪੁਰ ਸਾਹਿਬ ਦੀ ਕਬੱਡੀ, ਅਨੰਦਪੁਰ ਸਾਹਿਬ ਦੀ ਜੋ ਧਰਤੀ 'ਤੇ ਕਬੱਡੀ ਚੈਂਪੀਅਨਸ਼ਿਪ ਹੁੰਦੀ ਹੈ ਉਹਦਾ ਮੇਨ ਔਰਗਨਾਈਜ਼ਰ ਹੈ। ਸੋ ਲਓ ਸ਼ੀਰਾ ਇਸ ਵੇਲੇ ਬਾਹੂਪੁਰੀ ਹੈ, ਬਿੰਦੀ ਬਾਹੂਪੁਰੀ ਆ ਕਬੱਡੀ ਦਾ ਸਟਾਰ ਰਿਹਾ, ਤਕੜੀਆਂ ਕਬੱਡੀਆਂ ਪਾਈਆਂ ਹੈ। ਲੋਕ ਉਸੇ ਨਗਰ ਦਾ, ਪਰ ਆਹ ਜੋ ਨੌਜਵਾਨ ਮੈਂ ਵੇਖਦਾ ਵੀ ਕੇਸ਼ੀ ਹੈ, ਪਰ ਪੁਆਇੰਟ ਇਹ ਜੋ ਅੰਕ ਹੈ ਇਸ ਨੌਜਵਾਨ ਸ਼ੀਰੇ ਨੇ ਜੋੜ ਲਿਆ। ਲਓ ਅਗਲੀ ਕਬੱਡੀ ਇਸ ਵੇਲੇ ਰਵੀ ਚਮਿਆਰੇ ਦਾ ਪਾ ਰਿਹਾ, ਕਿ ਪੈ ਗਏ ਨੇ ਅੱਜ ਪੇਚੇ ਕੁੰਦਨ ਘੜੇ ਸਰੀਰਾਂ ਦੇ, ਪੱਟ ਸ਼ਤੀਰਾਂ ਵਰਗੇ ਡੌਲੇ ਵਾਂਗ ਜਗੀਰਾਂ ਦੇ, ਹਿੰਦ ਪਾਕ ਦੀ ਟੱਕਰ ਲੱਗੇ ਭੇੜ ਜੂਸਾਨਾਂ ਦੇ, ਤੂੰ ਬਹਿ ਕੇ ਵੇਖ ਜਵਾਨਾ ਸਿੰਘ ਫਸ ਗਿਆ ਸਾਨਾਂ ਦੇ। ਲਓ ਸਾਨਾਂ ਦੇ ਭੇੜ ਵਾਲੀ ਗੱਲ ਹੈ, ਖੇਡ ਮੈਦਾਨ ਦੇ ਵਿੱਚ ਇਸ ਵੇਲੇ ਜੋ ਇਹ ਮੁਕਾਬਲਾ ਚੱਲ ਰਿਹਾ। ਅਗਲੀ ਕਬੱਡੀ ਜੋ ਖੇਡ ਮੈਦਾਨ ਵਿੱਚ ਪਾਈ ਹੈ,
ਪੈਰਾਂ ਦਾ ਬੜਾ ਛੋਲਾ ਨੌਜਵਾਨ ਹੈ, ਖੋਜੇ ਵਾਲ ਪਿੰਡ ਹੈ, ਮੁੰਨਾ ਨਾਮ ਹੈ। ਲਓ ਆਪਾਂ ਵੇਖਾਂਗੇ ਵੀ ਮੱਖਣ ਕੇਸ਼ੀ ਸੋਨੂੰ ਜਾਂ ਫਿਰ ਬਲਕਾਰਾ। ਲਓ ਇਹ ਪੁਆਇੰਟ ਆ ਮੁੰਨਾ ਖੋਜੇ ਵਾਲੀ ਆ। ਬਾਬਾ ਫੰਗੂੜਾ ਸਾਹਿਬ ਕਬੱਡੀ ਕਲੱਬ ਪੱਤੜ ਕਲਾ ਦੀ ਟੀਮ ਦੇ ਵਾਸਤੇ ਇਸ ਨੌਜਵਾਨ ਨੇ ਇਹ ਜੋ ਪੁਆਇੰਟ ਹੈ, ਇਹ ਜੋ ਅੰਕ ਹੈ, ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਅਗਲੀਆਂ ਟੀਮਾਂ ਜਲਦੀ ਖੇਡ ਮੈਦਾਨ ਵਿੱਚ ਆ ਜਾਣ ਕਿਉਂਕਿ ਥੋੜ੍ਹਾ ਸਮਾਂ ਬਾਕੀ ਹੈ। ਸੁਰਖਪੁਰ ਦੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਜੰਡ ਨੂੰ ਬੇਨਤੀ ਆ ਵੀ ਜੰਡ ਆਪਣੀ ਟੀਮ ਨੂੰ ਜਲਦੀ ਲੈ ਆ ਖੇਡ ਮੈਦਾਨ ਦੇ ਵਿੱਚ। ਸੁਰਖਪੁਰ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਨਾਲ ਹੀ ਮੇਰਾ ਵੀਰ ਰੁਪਿੰਦਰ ਜਲਾਲ, ਉਹਨੂੰ ਵੀ ਬੇਨਤੀ ਹੈ ਰੁਪਿੰਦਰ ਜਲਾਲ ਵੀ ਖੇਡ ਮੈਦਾਨ ਵਿੱਚ ਆ ਜਾਵੇ ਆ ਕੇ ਜੋ ਆਪਣੀਆਂ ਸੇਵਾਵਾਂ ਉਹ ਮਹਿਕ ਤੋਂ ਸਾਡਾ ਵੀਰ ਬਹੁਤ ਬਹੁਤ ਮਿੱਠੇ ਮਿੱਠੇ ਬੋਲਾਂ ਦੇ ਨਾਲ ਤੁਹਾਡੇ ਦਿਲਾਂ ਦੇ ਵਿੱਚ ਸਾਂਝ ਪਾਵੇਗਾ। ਰੁਪਿੰਦਰ ਜਲਾਲ ਮੇਰਾ ਵੀਰ, ਉਹਨੂੰ ਵੀ ਬੇਨਤੀ ਹੈ ਉਹ ਵੀ ਖੇਡ ਮੈਦਾਨ ਵਿੱਚ ਆ ਜਾਵੇ। ਜਾਓ ਮੱਖਣਾ, ਇਹ ਸਵਾਦ ਆ ਜਾਏਗਾ ਜੀ, ਅਜੋਫਾ ਲੱਗਿਆ ਮੱਖਣ ਪੁਆਦੜਾ। ਇਸੇ ਨਗਰ ਦਾ ਦੁਨੀਆ ਦਾ ਸਟਾਰ ਹੋਏ ਮੇਰੇ ਵੀਰੋ ਮੱਖਣ ਪੁਆਦੜਾ। 1977 ਦੇ ਵਿੱਚ ਜਦੋਂ ਕਹਿੰਦੇ ਵੀ ਕੇਵਲ ਪਾਸਲੇ ਵਾਲੇ ਨਾਲ ਰਲ ਕੇ 1977 ਵਿੱਚ ਇੰਗਲੈਂਡ ਤਗੜਾ ਖੇਡਿਆ, ਪੰਜਾਬ ਦੇ ਵਿੱਚ ਪੜ੍ਹਦਾ ਪੜ੍ਹਦਾ ਕਬੱਡੀ ਦੇ ਵਿੱਚੋਂ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ, ਸਿੱਧਾ ਪੰਜਾਬ ਪੁਲਿਸ ਵਾਸਤੇ ਖੇਡਦਾ ਰਿਹਾ। ਬਲਵਿੰਦਰ ਫੇਡੂ ਨਾਲ ਰਲ ਕੇ ਕਹਿੰਦੇ ਵੀ ਤਕੜੇ ਮੈਚ ਖੇਡਿਆ, ਨਾਲ ਕੇਵਲ ਪਾਸਲੇ ਦੇ ਨਾਲ ਰਲ ਕੇ ਤਕੜੀ ਜੋੜੀ ਬਣੀ ਕੇਵਲ ਪਾਸਲੇ ਨਾਲ ਮੱਖਣ ਪੁਆਦੜੇ ਦੀ। ਲਓ ਪੁਆਇੰਟ ਵਿੱਕੀ ਉਦੋਂ ਵਾਲੀਏ ਦਾ, ਉਦੋਂ ਵਾਲੀਏ ਵਿੱਕੀ ਦਾ ਪੁਆਇੰਟ ਹੈ ਇਹ ਜੋ ਅੰਕ ਹੈ, ਉਦੋਂ ਵਾਲੀਏ ਵਿੱਕੀ ਨੇ ਜੋੜਿਆ। ਲਓ ਅਗਲੀ ਕਬੱਡੀ, ਚਲੋ ਸ਼ੀਰਿਆ ਪਾਓ ਸੋਹਣਿਆ ਕਬੱਡੀ। ਬਾਹੂਪੁਰ ਪਿੰਡ ਦਾ ਮੇਰੇ ਵੀਰੋ ਸ਼ੀਰਾ ਇਸ ਵੇਲੇ ਕਬੱਡੀ ਪਾਉਣ ਜਾ ਰਿਹਾ। ਅਗਲੀਆਂ ਟੀਮਾਂ ਨੂੰ ਬੇਨਤੀ ਹੈ ਬਈ ਅਗਲੀਆਂ ਜੋ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ। ਲਓ ਸ਼ੀਰਾ ਬਾਹੂਪੁਰੀਆ ਇਸ ਵੇਲੇ ਕਬੱਡੀ ਪਾ ਰਿਹਾ, ਬਾਹੂਪੁਰ ਪਿੰਡ ਹੈ ਇਸ ਨੌਜਵਾਨ ਦਾ, ਜ਼ਿਲ੍ਹੇ ਕਪੂਰਥਲੇ ਦੇ ਵਿੱਚ। ਲਓ ਬਾਹੂਪੁਰੀਆ ਨੌਜਵਾਨ ਸ਼ੀਰਾ ਮੱਖਣ ਜਾਂ ਬਲਕਾਰਾ ਜੌਲਾ ਪਿੰਡ ਦਾ ਮੇਰੇ ਵੀਰੋ ਜਿੱਥੇ ਦਾ ਤੀਰਥ ਜੌਲ ਹੈ। ਲਓ ਪਰ ਇਹ ਜੋ ਪੁਆਇੰਟ ਹੈ ਇਹ ਨੌਜਵਾਨ ਸ਼ੀਰਾ ਬਾਹੂਪੁਰੀਆ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ। ਬਹੁਤ ਹੀ ਖੂਬਸੂਰਤ ਮੈਚ ਹੈ ਜੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਪੁੱਜੇ ਹੈ, ਜਿੰਨੇ ਵੀ ਕਬੱਡੀ ਦੇ ਦੀਵਾਨੀ ਪੁੱਜੇ ਹੈ, ਸਾਰਿਆਂ ਦਾ ਧੰਨਵਾਦ ਹੈ। ਨਾਲ ਹੀ ਸਾਡਾ ਵੀਰ ਜਸਵੀਰ ਜੂਕੇ ਪ੍ਰਦੀਪ ਜੂਕੇ ਬਹੁਤ ਬਹੁਤ ਧੰਨਵਾਦ ਹੈ, ਜਸਵੀਰ ਜੂਕੇ ਪ੍ਰਦੀਪ ਜੂਕੇ ਵੱਡਾ ਮਾਣ ਭੇਜਦੇ ਹੈ। ਸੋ ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ ਸਰਦਾਰ ਮੋਹਨ ਸਿੰਘ ਜੀ ਜੋ ਬਲਜੀਤ ਗਿੱਲ ਦੇ ਚਾਚਾ ਜੀ ਨੇ, ਸਰਦਾਰ ਮੋਹਨ ਸਿੰਘ ਜੀ ਵੱਡਾ ਮਾਣ ਕਰਦੇ ਆ ਬੋਲਾਂ ਦਾ। ਨਾਲ ਹੀ ਬਲਜੀਤ ਗਿੱਲ ਦੇ ਜੋ ਬ੍ਰਦਰ ਹੈ, ਜੋ ਬਲਜੀਤ ਗਿੱਲ ਦੇ ਵੀਰ ਹੈ, ਨਾਲ ਹੀ ਰਾਣਾ ਸਾਡਾ ਵੀਰ ਵੀ 500 ਦਾ ਵੱਡਾ ਮਾਣ ਭੇਜਦਾ, ਰਾਣੇ ਵੀਰ ਦਾ ਵੀ ਧੰਨਵਾਦ ਹੈ ਜੋ ਬਲਜੀਤ ਗਿੱਲ ਦਾ ਵੀਰ ਹੈ ਰਾਣੇ ਵੀਰ ਦਾ, ਉਹਨਾਂ ਦੇ ਚਾਚਾ ਜੀ ਮੋਹਨ ਸਿੰਘ ਜੀ ਬਲਜੀਤ ਗਿੱਲ ਜੀ ਦੇ ਉਹ ਵੀ ਮਾਣ ਕਰਦੇ ਆ, ਉਹਨਾਂ ਦਾ ਵੀ ਧੰਨਵਾਦ ਹੈ। ਹਾਂਜੀ ਪਰਮਜੀਤ ਸਿੰਘ ਜੀ ਦੁਸਾਂਝ ਸਾਹਿਬ ਜੀ, ਅਸੀਂ ਨਿਊ ਹਾਲੈਂਡ ਟਰੈਕਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਅੱਜ ਸਾਡੇ ਇਸ ਟੂਰਨਾਮੈਂਟ ਖੇਡ ਮੇਲੇ ਦੇ ਵਿੱਚ ਆਪਣੇ ਟਰੈਕਟਰਾਂ ਦੀ ਪ੍ਰਦਰਸ਼ਨੀ ਲਾਈ ਹੈ। ਅਸੀਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਨਿਊ ਹਾਲੈਂਡ ਟਰੈਕਟਰ ਏਜੰਸੀ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ, ਕਿ ਲੋਕੋ ਸੂਰਮੇ ਪਰਖੇ ਜਾਣਗੇ ਵਿੱਚ ਮੈਦਾਨਾਂ ਦੇ, ਚੜ ਚੜ ਹਮਲੇ ਕਰਨਗੇ ਜਿਗਰੇ ਵਾਂਗ ਚਟਾਨਾਂ ਦੇ, ਅੱਤ ਹੋ ਜੂ ਵਿੱਚ ਮੈਦਾਨੇ ਪੇਚੇ ਪੈ ਗਏ ਨਾਲ ਬਗਾਨੇ, ਕਈਆਂ ਲਾਉਣੇ ਜੱਫੇ ਹੰਧਿਆਂ ਦੇ ਮੋਹਰੇ ਖੜ ਖੜ ਕੇ, ਫਿਰ ਬੋਲੂਗਾ ਕਬੱਡੀ ਦਾ ਜਨੂਨ ਵੀ ਲੋਕਾਂ ਦੇ ਸਿਰ ਚੜ ਕੇ, ਕਿ ਗੱਲਾਂ ਬਾਤਾਂ ਨਾਲ ਜਿੱਤ ਹੁੰਦੀਆਂ ਨਾ ਗੱਡੀਆਂ, ਬਈ ਸ਼ੇਰ ਜਿੱਡੇ ਦਿਲ ਨਾਲ ਪੈਂਦੀਆਂ ਕਬੱਡੀਆਂ, ਬਈ ਸ਼ੇਰ ਜਿੱਡੇ ਦਿਲ ਨਾਲ ਢਿੱਲੋ ਸਾਹਿਬ ਪੈਂਦੀਆਂ ਕਬੱਡੀਆਂ, ਸ਼ੇਰ ਜਿੱਡਾ ਦਿਲ ਚਾਹੀਦਾ। ਹਰਮਿੰਦਰ ਸਿੰਘ ਜੀ ਢਿੱਲੋ ਸਾਡਾ ਵੀਰ ਪੁੱਜਿਆ। ਅਗਲੀਆਂ ਟੀਮਾਂ ਆ ਰਹੀਆਂ ਬਿੱਟੂ ਸਾਹਿਬ, ਆ ਜਾਵੇ ਸੁਰਖਪੁਰ ਤੇ ਨਕੋਦਰ, ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਕਿਉਂਕਿ ਮੈਚ ਆ ਲਾਸਟ ਪਲਾਂ ਦੇ ਵਿੱਚ ਇਹ ਮੈਚ ਹੈ। ਅਸੀਂ ਪੰਜਾਬ ਪੁਲਿਸ ਬਿਲਗਾ ਥਾਣਾ ਦੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹ ਵੀ ਇੱਥੇ ਪਹੁੰਚੇ ਨੇ, ਔਰ ਜੋ ਵੀ ਕੋਈ ਟੂਰਨਾਮੈਂਟ ਮੇਲੇ ਦੇ ਵਿੱਚ ਕੋਈ ਖੱਪ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਲਈ ਇਹ ਮੁਲਾਜ਼ਮ ਸਾਡੇ ਜਿਹੜੇ ਆ ਉਹ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹੈਲੋ ਸਬ ਇੰਸਪੈਕਟਰ ਸਰ ਸੁਰਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਮੁਲਾਜ਼ਮ ਜਿਹੜੇ ਆ ਉਹ ਇੱਥੇ ਪਹੁੰਚੇ ਨੇ, ਅਸੀਂ
ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹੈਲੋ ਮੈਚ ਟੀਮਾਂ ਨੂੰ ਬੇਨਤੀ ਆ ਕਬੱਡੀ ਦੀਆਂ ਟੀਮਾਂ ਜਲਦੀ ਮੈਦਾਨ ਵਿੱਚ ਆ ਜਾਣ। ਹੈਲੋ ਆ ਜੋ ਵਾਲੀਬਾਲ ਦਾ ਮੈਚ ਸ਼ੁਰੂ ਹੋ ਰਿਹਾ ਆ ਜਗਦੇਵ ਕਲਾਂ ਵਾਰਸੀ ਸਾਕਰਾਂ ਹਰਿਆਣਾ ਤੇ ਐਸ ਕਬੱਡੀ ਦੀਆਂ ਟੀਮਾਂ ਨੂੰ ਵੀ ਬੇਨਤੀ ਆ ਵੀ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਕਿਉਂਕਿ ਥੋੜ੍ਹਾ ਹੀ ਸਮਾਂ ਬਾਕੀ ਆ ਜੋ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੱਲ ਰਿਹਾ ਹੈ ਸਮਾਪਤੀ ਹੋਣ ਜਾ ਰਿਹਾ ਹੈ। ਬਿੱਟੂ ਮਕੰਦਪੁਰੀਆ ਦੱਸਦਾ ਹੈ ਵੀ ਜੋ ਮੈਚ ਹੈ ਇਹਦਾ ਸਮਾਂ ਇੱਥੇ ਸਮਾਪਤ ਹੈ। ਲਿਆ ਵੀ ਮੇਰੇ ਵੀਰ ਲੇਖਾ ਮਾਮਾ ਧੀਆਂ ਦਾ ਦੱਸੀਏ ਕੀ ਪੁਆਇੰਟ ਹੈ ਕਿਹੜੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜੇਤੂ ਹੈ ਲਓ ਆਪਾਂ ਹੁਣ ਤੁਹਾਡੇ ਨਾਲ ਇਹ ਜੋ ਪੁਆਇੰਟ ਹੈ ਇਹ ਸਾਂਝੇ ਕਰਾਂਗੇ। ਇਹਦੇ ਵਿੱਚ ਗੁਰੂ ਹਰਰਾਏ ਸਾਹਿਬ ਜੀ ਕਬੱਡੀ ਕਲੱਬ ਦੁੱਗਾਂ ਦੀ ਟੀਮ ਦੇ 21.5 ਪੁਆਇੰਟ ਹੈ। ਬਾਬਾ ਫਗੂੜਾ ਸਾਹਿਬ ਕਬੱਡੀ ਕਲੱਬ ਪੱਤੜਕਲਾਂ ਦੇ 37 ਪੁਆਇੰਟ ਹੈ। ਜੇ ਤਾਂ ਮੈਚ ਵਧੀਆ ਲੱਗਾ ਵੀਰ ਜੀ ਖਿੱਚ ਕੇ ਤਾੜੀ ਮਾਰ ਕੇ ਦੱਸੋ ਕਿਉਂਕਿ ਬਾਕੀ ਮੈਚ ਵੀ ਵਧੀਆ ਹੋਣੇ ਆ। ਤੁਸੀਂ ਕਬੱਡੀ ਦੇਖਣ ਆਏ ਹੋ ਕੁਝ ਅੱਜ ਲੈ ਕੇ ਜਾਇਓ ਕੁਝ ਆਨੰਦ ਮਾਣ ਕੇ ਜਾਇਓ। ਤਾੜੀ ਮਾਰਨ ਵਿੱਚ ਕੁਝ ਨਹੀਂ ਜਾਂਦਾ ਦਰਸ਼ਕ ਵੀਰਾਂ ਦਾ ਔਰ ਖਿਡਾਰੀਆਂ ਦਾ ਹੌਸਲਾ ਵੱਧਦਾ। ਵੀਰ ਜੀ ਖਿੱਚ ਕੇ ਤਾੜੀ ਮਾਰੋ ਇੱਕ ਵਾਰ ਜ਼ੋਰਦਾਰ ਜੇ ਕਬੱਡੀ ਨੂੰ ਪਿਆਰ ਕਰਦੇ ਹੋ। ਧੰਨਵਾਦ ਹੈ ਵੀਰ ਜੀ। ਰੁਪਿੰਦਰ ਜਲਾਲ ਵੀਰ ਜੀ ਆਓ ਆਓ ਮੇਰਾ ਵੀਰ ਰੁਪਿੰਦਰ ਜਲਾਲ ਵੀ ਆ ਗਿਆ। ਹਾਂਜੀ ਜੋ ਮਾਲਵਾ ਮਾਝਾ ਤੇ ਦੁਆਬੇ ਦਾ ਪ੍ਰਸਿੱਧ ਕਬੱਡੀ ਕਮੈਂਟਰ ਹੈ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ। ਹੈਲੋ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਨੇ ਸੋ ਜਿਸ ਨੂੰ ਵੀ ਲੰਗਰ ਦੀ ਜ਼ਰੂਰਤ ਹੈ ਤਾਂ ਉਹ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਲੰਗਰ ਛਕ ਸਕਦਾ ਜੀ। ਅਸੀਂ ਧੰਨਵਾਦ ਕਰਦੇ ਹਾਂ ਗੁਰਦੇਵ ਸਿੰਘ ਜੀ ਦਾ ਕਮਲ ਜੀ ਦਾ ਜਿਹੜੇ ਬੜੇ ਸੁਚੱਜੇ ਢੰਗ ਦੇ ਨਾਲ ਲੰਗਰਾਂ ਨੂੰ ਚਲਾ ਰਹੇ ਨੇ। ਸੋ ਮੈਂ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜਿਸ ਕਿਸੇ ਨੂੰ ਵੀ ਲੰਗਰਾਂ ਦੀ ਜ਼ਰੂਰਤ ਹੈ ਉਹ ਜਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਲੰਗਰ ਛਕ ਸਕਦੇ ਨੇ ਜੀ। ਜੰਡ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਟੀਮ ਨੂੰ ਤਿਆਰ ਕਰ ਲੈ ਜੰਡ। ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਕੋਚ ਇਹ ਵੀਰ ਜੀ ਟੀਮਾਂ ਕਿਉਂ ਨਹੀਂ ਆਉਂਦੀਆਂ? ਪਹਿਲਾਂ ਵੀ ਟੀਮਾਂ ਨੇ ਬੜਾ ਦੇਰੀ ਕੀਤੀ ਹੈ ਹੁਣ ਫਿਰ ਟੀਮਾਂ ਬੜੀਆਂ ਲੇਟ ਹੈ। ਇਹ ਬੇਨਤੀ ਹੈ ਵੀਰ ਜੀ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਹੈਲੋ ਅੱਜ ਵਾਲੀਬਾਲ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਆ ਜਗਦੇਵ ਕਲਾਂ ਵਾਰਸੀ ਸਾਕਰਾਂ ਹਰਿਆਣਾ ਇਹਨਾਂ 'ਚੋਂ ਜਿਹੜੀ ਟੀਮ ਵੀ ਜਿੱਤੂਗੀ ਉਹਨਾਂ ਦਾ ਮਹਿਸਮਪੁਰ ਨਾਲ ਸੈਮੀਫਾਈਨਲ ਮੈਚ ਹੋਊਗਾ। ਟੀਮਾਂ ਨੂੰ ਬੇਨਤੀ ਹੈ ਬਈ ਟੀਮਾਂ ਜਲਦੀ ਖੇਡ ਮੈਦਾਨ ਵਿੱਚ ਆ ਜਾਣ। ਅੱਗੇ ਤੋਂ ਵੀਰ ਜੀ ਇੱਕ ਬੇਨਤੀ ਆ ਟੀਮਾਂ ਲਈ ਵੀ ਇੱਦਾਂ ਹੁਣ ਮੈਦਾਨ ਖਾਲੀ ਨਾ ਰੱਖੋ ਕਿਉਂਕਿ ਸਮਾਂ ਬਹੁਤ ਹੋ ਗਿਆ ਵੀਰ ਜੀ। ਹਾਂਜੀ ਪ੍ਰਧਾਨ ਸਾਹਿਬ ਛਿੰਦੇ ਛਿੰਦੇ ਵੀਰ ਵਾਲੀਬਾਲ ਦਾ ਮੈਚ ਉਧਰ ਨਛੱਤਰ ਸਿੰਘ ਜੀ ਜੌਲ ਸਾਹਿਬ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਹੈ ਨਛੱਤਰ ਸਿੰਘ ਜੀ ਜੌਲ ਮਹਿਸਮਪੁਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਇਹਨੂੰ ਜੌਲ ਸਾਹਿਬ ਨਛੱਤਰ ਸਿੰਘ ਜੀ ਜੌਲ ਸਾਹਿਬ ਪੁੱਜੇ ਹੈ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਪੁੱਜਣ 'ਤੇ ਹਾਰਦਿਕ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਹੈ ਮਾਨਯੋਗ ਸਤਿਕਾਰਯੋਗ ਸਾਰੀਆਂ ਸ਼ਖਸੀਅਤਾਂ ਦਾ। ਉੱਧਰ ਸਾਡੇ ਪ੍ਰਦੀਪ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਾਈਵ ਤੱਕ ਰਹੇ ਜਿੰਨੇ ਵੀ ਸਾਡੇ ਵੀਰ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਟੀਮਾਂ ਨਛੱਤਰ ਸਿੰਘ ਮਹਿਸਮਪੁਰ ਪਿੰਦਾ ਤਲਵਨ ਇਹ ਵੀ ਸਾਡੇ ਅੱਜ ਦੇ ਇਸ ਖੇਡ ਮੇਲੇ ਨੂੰ ਵੇਖਣ ਲਈ ਚਾਰ ਚੰਨ ਲਾਉਣ ਲਈ ਪਹੁੰਚੇ ਨੇ ਅਸੀਂ ਇਹਨਾਂ ਨੂੰ ਇੱਥੇ ਆਉਣ 'ਤੇ ਜੀ ਆਇਆਂ ਆਖਦੇ ਹਾਂ। ਨਛੱਤਰ ਸਿੰਘ ਜੀ ਮਹਿਸਮਪੁਰ ਅਤੇ ਪਿੰਦਾ ਤਲਵਨ ਅਤੇ ਉਹਨਾਂ ਦੇ ਨਾਲ ਹੋਰ ਸਾਥੀ ਆਏ ਨੇ ਜੀ ਆਇਆਂ ਨੂੰ ਜੀ ਜਲੇ ਆਓ ਵੀ ਜਲਦੀ ਵੀਰ ਜੀ ਭੱਜ ਕੇ ਆਓ ਭੱਜ ਕੇ ਕਿਉਂਕਿ ਪ੍ਰਬੰਧਕ ਵਾਰ ਵਾਰ ਸਾਨੂੰ ਹੀ ਆਖਦੇ ਆ ਵੀ ਤੁਸੀਂ ਟੀਮਾਂ ਨਹੀਂ ਬੁਲਾਉਂਦੇ। ਹੁਣ ਮੈਂ ਤਾਂ ਬਹੁਤ ਚਿਰ ਦੀਆਂ ਬੇਨਤੀਆਂ ਕਰਦਾ ਵੀਰ ਜੀ ਜਦੋਂ ਹਾਫ ਟਾਈਮ ਨਹੀਂ ਸੀ ਹੋਇਆ ਮੈਂ ਤਾਂ ਉਦੋਂ ਦਾ ਆਖਦਾ ਵੀ ਟੀਮਾਂ ਜਲਦੀ ਆ ਜਾਣ। ਜੰਡ ਕੋਈ ਵਧੀਆ ਗੱਲ ਨਹੀਂ ਜੰਡ ਸਿਆ ਦੇਖਦਾ ਕਦੋਂ ਦਾ ਮੈਦਾਨ ਖਾਲੀ ਪਿਆ ਆਓ ਜਲਦੀ ਖੇਡ ਮੈਦਾਨ ਦੇ ਵਿੱਚ ਆ। ਸੋ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਆ ਖੇਡ ਮੈਦਾਨ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੀ ਆ। ਮੈਂ ਵੇਖਦਾ ਵੀ ਗੁੱਗੂ ਬਲੇਰ ਖਾਨਪੁਰੀਆ ਵਰਗੇ ਇਸ ਵੇਲੇ ਖੇਡ ਸ਼ਕਤੀ ਮਾਨ ਵਰਗੇ ਜੈਲਾਮਲ ਸਿੰਘਾਂ ਦਾ ਇਸ ਵੇਲੇ ਮੈਂ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ ਟੀਮ ਆ ਜੋ ਤਕੜਾ ਮੈਚ ਹੋਣਾ। ਲਓ ਨਾਲ ਹੀ ਸ਼ੰਕਰੀਆ ਘੁੱਗੇ ਦਾ ਭਤੀਜਾ ਮੇਰੇ ਵੀਰੋ ਲਾਲੀ ਵੀ ਆ ਗਿਆ ਲਓ ਤਕੜਾ ਮੈਚ ਹੋਣਾ ਹੁਣ ਜੋ ਮੈਚ ਆ। ਇਸ ਵੇਲੇ ਮੈਂ ਵੇਖਦਾ ਵੀ ਗੁਰਜੀਤ ਵਰਗੇ ਆ ਗਿਆ ਨਾਲ ਹੀ ਸ਼ੰਕਰੀਆ ਜੋਤਾ ਵੀ ਆ ਗਿਆ ਮੇਰੇ ਵੀਰੋ
लो तगड़ा मैच होना है। रुपिंदर जलाल मैच ते अगलियां सेवामा मेरा वीर रुपिंदर जलाल। हेलो किसे कोल नहीं कोठा सौण जोगा ते कोई डंगरां लई लेंटर लाई फिरदा कोई साइकल भी लवे व्याज उत्ते ते कोई कारां च कुत्ते बिठाई फिरदा कोई मच्छरां नूं मारदा सौ जांदा ते कोई चूचियां लई जनरेटर लाई फिरदा कोई कूड़े दे ढेर चों रोटी लभे ते कोई बच्चियां नूं बर्गर पीजे खवाई फिरदा किसे नूं पता नहीं दौलतां किन्नियां ने किसे नूं पता नहीं दौलतां किन्नियां ने कोई दिहाड़ी करके डंग टपाई फिरदा कोई रंग बिरंगियां पोशाकां पाउंदा कोई नंगा रह के जिंदगी चलाई फिरदा राणा माधो झंडिया लभदा उस मालक नूं जिहड़ा सारी इह खेड रचाई फिरदा जिहड़ा सारी इह खेड रचाई फिरदा। पंजाब दी धरती गुरुआं